ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਦਿੱਲੀ ਤੋਂ ਉਤਾਰੇ 3 ਉਮੀਦਵਾਰ। ਆਮ ਆਦਮੀ ਪਾਰਟੀ ਨੇ ਸਵਾਤੀ ਮਾਲੀਵਾਲ ਨੂੰ ਦਿੱਤੀ ਰਾਜ ਸਭਾ ਦੀ ਟਿਕਟ। ਸੰਜੇ ਸਿੰਘ ਅਤੇ ਐਨਡੀ ਗੁਪਤਾ ਦੇ ਨਾਮ ਦਾ ਵੀ ਕੀਤਾ ਐਲਾਨ। ਪੰਜਾਬ ਵਿੱਚ ਘੋੜਾ ਪਾਲਕਾਂ ਲਈ ਖੁਸ਼ਖਬਰੀ। ਮਾਘੀ ਮੌਕੇ ਘੋੜਿਆਂ ਸੰਬੰਧੀ ਗਤੀਵਿਧੀਆਂ ਲਈ ਸਰਕਾਰ ਨੇ ਦਿੱਤੀ ਇਜਾਜ਼ਤ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਪਸ਼ੂ ਧਨ ਮੇਲੇ ਵਿੱਚ ਹੁਸ਼ਿਆਰਪੁਰ ਨੂੰ ਛੱਡ ਕੇ ਸੂਬੇ ਭਰ ਦੇ ਘੋੜਾ ਮਾਲਕ ਲੈ ਸਕਦੇ ਨੇ ਹਿੱਸਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਦੌਰਾਨ ਲਏ ਗਏ ਕਈ ਅਹਿਮ ਫੈਸਲੇ। ਗੁਰੂ ਘਰ ਅੰਦਰ ਸਿਰਪਾਓ ਦੀ ਵਰਤੋਂ ਨੂੰ ਨਿਯਮਿਤ ਕਰਨ ਸੰਬੰਧੀ ਸਿਧਾਂਤਕ ਮਤਾ ਹੋਇਆ ਪਾਸ। ਤੇ ਹੁਣ ਖਬਰਾਂ ਵਿਸਥਾਰ ਨਾਲ। ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਦਿੱਲੀ ਮਹਿਲਾ ਕਮਿਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਲਈ ਜਾਣੀ ਜਾਂਦੀ ਸਵਾਤੀ ਮਾਲੀਵਾਲ ਨੂੰ ਨਾਮਜ਼ਦ ਕਰਨ ਦਾ ਫੈਸਲਾ। ਸੰਸਦੀ ਮਾਮਲਿਆਂ ਵਿੱਚ ਉਹਨਾਂ ਦੀ ਸ਼ੁਰੂਆਤ ਹੋਵੇਗੀ। ਮਾਲੀਵਾਲ ਅਸਤੀਫੇ ਉੱਤੇ ਹਸਤਾਖਰ ਕਰਦੇ ਸਮੇਂ ਬਹੁਤ ਭਾਵੁਕ ਨਜ਼ਰ ਆਈ। ਦੱਸਦੇ ਕਿ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਅੰਤਿਮ ਰੂਪ ਦੇ ਦਿੱਤਾ ਹੈ। ਕਮੇਟੀ ਨੇ ਪਹਿਲੀ ਵਾਰ ਮਾਲੀਵਾਲ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ਅਤੇ ਰਾਜ ਸਭਾ ਵਿੱਚ ਦੂਜੀ ਵਾਰ ਐਨਡੀ ਗੁਪਤਾ ਅਤੇ ਜੇਲ੍ਹ ਵਿੱਚ ਬੰਦ ਨੇਤਾ ਸੰਜੇ ਸਿੰਘ ਨੂੰ ਮੁੜ ਨਾਮਜ਼ਦ ਕੀਤਾ ਹੈ। ਦਿੱਲੀ ਤੋਂ ਰਾਜ ਸਭਾ ਦੇ 3 ਸੰਸਦ ਮੈਂਬਰਾਂ ਦਾ 6 ਸਾਲ ਦਾ ਕਾਰਜਕਾਲ ਇਸ ਮਹੀਨੇ ਖਤਮ ਹੋਣ ਦੇ ਨਾਲ ਨਵੇਂ ਮੈਂਬਰਾਂ ਦੀ ਚੋਣ ਲਈ 19 ਜਨਵਰੀ ਨੂੰ ਵੋਟਿੰਗ ਹੋਵੇਗੀ। 3 ਮੈਂਬਰ ਸੰਜੇ ਸਿੰਘ, ਸੁਸ਼ੀਲ ਕੁਮਾਰ ਗੁਪਤਾ ਅਤੇ ਨਾਰਾਇਣ ਦਾਸ ਗੁਪਤਾ 27 ਜਨਵਰੀ ਨੂੰ ਸੇਵਾ ਮੁਕਤ ਹੋ ਰਹੇ ਨੇ। ਇਸ ਵਾਰ ਮਾਘੀ ਦੇ ਮੌਕੇ ਘੋੜਿਆਂ ਸੰਬੰਧੀ ਗਤੀਵਿਧੀਆਂ ਵੇਖਣ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਲੋਕ ਵਾਂਝੇ ਨਹੀਂ ਰਹਿਣਗੇ। ਸੂਬੇ ਦੇ ਘੋੜਾ ਪਾਲਕਾਂ ਅਤੇ ਬਰੀਡਰਾਂ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਮੇਲੇ ਦੌਰਾਨ 9 ਤੋਂ 16 ਜਨਵਰੀ ਤੱਕ ਚੱਲਣ ਵਾਲੇ ਪਸ਼ੂ ਧਨ ਮੇਲੇ ਵਿੱਚ ਘੋੜਿਆਂ ਸੰਬੰਧੀ ਗਤੀਵਿਧੀਆਂ ਦੀ ਆਗਿਆ ਦੇ ਦਿੱਤੀ ਹੈ। ਇਹ ਜਾਣਕਾਰੀ ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਚਾਹਵਾਨ ਮਾਲਕ ਆਪਣੇ ਘੋੜਿਆਂ ਦੀ ਗਲੈਂਡਰ ਜਾਂ ਟੈਸਟਿੰਗ ਦੀ ਨੈਗੇਟਿਵ ਰਿਪੋਰਟ ਨਾਲ ਲੈ ਕੇ ਆਉਣ। ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਦੀ ਸਾਰੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬਹੁਤ ਉਡੀਕ ਹੁੰਦੀ ਹੈ, ਜਿਹਦੇ 'ਚ ਮਾਘੀ ਮੇਲੇ 'ਤੇ ਪਸ਼ੂਆਂ ਦੀ ਮੰਡੀ, ਘੋੜਿਆਂ ਦੀ ਮੰਡੀ ਵੀ ਬਹੁਤ ਵੱਡੀ ਲੱਗਦੀ ਹੈ, ਜਿਹੜੀ ਕਿ ਪਿਛਲੇ ਸਮੇਂ 'ਚ ਘੋੜਿਆਂ 'ਚ ਗਲੈਂਡਰ ਦੀ ਬਿਮਾਰੀ ਆ ਗਈ ਸੀ। ਇੱਕ ਦੋ ਥਾਵਾਂ 'ਤੇ ਪਾਈ ਗਈ ਸੀ, ਜਿਵੇਂ ਬਠਿੰਡਾ ਜ਼ਿਲ੍ਹੇ ਵਿੱਚ ਅਤੇ ਇੱਕ ਲੁਧਿਆਣੇ 'ਚ ਅਤੇ ਹੋਰ ਥੋੜ੍ਹਾ ਥਾਵਾਂ 'ਤੇ। ਉਸਦੀ ਸਾਰੇ ਥਾਂ ਪਰਖ ਕਰਦਿਆਂ ਪਿਛਲੇ ਕਈ ਦਿਨਾਂ ਤੋਂ ਸ੍ਰੀ ਵਿਕਾਸ ਪ੍ਰਤਾਪ ਜੀ, ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ, ਡਾਇਰੈਕਟਰ ਬੇਦੀ ਸਾਹਿਬ, ਉਹ ਸਾਰੇ ਨਾਲ ਡਾਕਟਰ ਸਾਹਿਬਾਨ ਲੱਗੇ ਹੋਏ ਸਨ, ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਖੁਸ਼ੀਆਂ ਖੇੜਿਆਂ ਵਿੱਚ ਲਿਆਉਣ ਦੇ ਯਤਨ ਕੀਤੇ। ਅਸੀਂ ਸਾਰਿਆਂ ਨੇ ਇਹ ਮੇਲੇ ਦੀ ਮੁਕੰਮਲ ਤਿਆਰੀ ਕਰ ਲਈ ਹੈ ਤਾਂ ਜੋ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਇਹ ਪਸ਼ੂ ਮੇਲਾ, ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਲੱਗੇਗਾ, ਜਿਹਦੀ ਪੰਜਾਬ ਸਰਕਾਰ ਵੱਲੋਂ ਆਗਿਆ ਦਿੱਤੀ ਗਈ ਹੈ।
ਜਿਹੜੀ ਬਿਮਾਰੀ ਉਹ ਬਹੁਤ ਖਤਰਨਾਕ ਹੈ ਕੈਲੰਡਰ ਦੀ, ਜਿਹਦੀ ਘੋੜਿਆਂ ਤੋਂ ਇਨਸਾਨਾਂ ਤੱਕ ਵੀ ਜਾ ਸਕਦੀ ਹੈ, ਜਿਹਦੀ ਉਹਦੀ ਟੈਸਟਿੰਗ ਜਿਹੜੀ ਅਥਾਰਟੀ ਹੈ ਸਾਡੀ ਇੱਕ ਜਲੰਧਰ ਵਿੱਚ ਹੈ, ਕਈ ਜਿਹਦੇ ਨਾਲ ਸਟੇਟਾਂ ਜੁੜੀਆਂ ਹੋਈਆਂ ਹਨ, ਪਰ ਫਿਰ ਵੀ ਜਿਵੇਂ ਰਾਜਸਥਾਨ ਅਤੇ ਕੁਛ ਹੋਰ ਬਾਹਰ ਰਹਿ ਜਾਂਦੇ ਆ, ਉਹਨਾਂ ਨੂੰ ਵੀ ਜੇ ਉਹ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਣਗੇ ਤਾਂ ਉਹ ਆਪਣੇ ਸਟੇਟ ਦੀ ਅਥਾਰਟੀ ਤੋਂ ਇਹਦੀ ਟੈਸਟਿੰਗ ਕਰਵਾ ਕੇ ਇਸ ਮੰਡੀ ਵਿੱਚ ਆਉਣ। ਅਤੇ ਸਾਡੇ ਵੱਲੋਂ ਵੀ ਮਹਿਕਮਾ ਪਸ਼ੂ ਪਾਲਣ ਵੱਲੋਂ ਡਾਇਰੈਕਟਰ ਸਾਹਿਬ ਵੀ ਉਹਦੀ ਨਿਗਰਾਨੀ ਰੱਖਣਗੇ, ਸਾਡੇ ਨੋਡਲ ਅਫਸਰ ਡਾਕਟਰ ਬਾਲੀ ਲਾਏ ਗਏ ਨੇ ਜਿਨ੍ਹਾਂ ਦਾ ਨੰਬਰ ਹੈ 987-63-78-223, ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸਾਰੇ ਘੋੜਾ ਪਾਲਕ ਵੀਰਾਂ ਨੂੰ ਜਿੱਥੇ ਖੁਸ਼ਖਬਰੀ ਸਾਂਝੀ ਕਰਦਾ, ਮੈਂ ਬੇਨਤੀ ਵੀ ਕਰਦਾ, ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਇਹੋ ਜਿਹਾ ਜਾਨਵਰ ਇਸ ਮੇਲੇ ਵਿੱਚ ਨਾ ਆਵੇ ਜਿਹਦੇ ਨਾਲ ਸਾਨੂੰ ਔਖ ਦੀ ਘੜੀ ਵਿੱਚ ਜਾਣਾ ਪਵੇ। ਅਸੀਂ ਸਾਰੇ ਰਲ ਮਿਲ ਕੇ ਇਸ ਮੇਲੇ ਨੂੰ ਖੁਸ਼ੀਆਂ ਵੰਡਣ ਲਈ ਔਰ ਆਪਣਾ ਇਹ ਸਾਰਾ ਜਿਸ ਤਰ੍ਹਾਂ ਪਹਿਲਾਂ ਪੁਰਾਤਨ ਚੱਲਦਾ ਉਸ ਤਰ੍ਹਾਂ ਤਿਆਰ ਉਸੇ ਤਰ੍ਹਾਂ ਬਰਕਰਾਰ ਰੱਖਣ ਦੇ ਲਈ ਸਾਡੀ ਕੋਈ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਉਸ ਨੂੰ ਸਾਰੇ ਰਲ ਮਿਲ ਕੇ ਨਿਭਾਈਏ। ਜਿਹੜਾ ਕੋਈ ਬਾਹਰੋਂ ਘੋੜਾ ਲੈ ਕੇ ਆਊਗਾ ਇਹਦੇ ਵਿੱਚ ਸ਼ਾਮਲ ਹੋਊਗਾ, ਉਹਦੀ ਜ਼ਰੂਰ ਉਹ ਟੈਸਟਿੰਗ ਕਰਵਾ ਕੇ ਆਵੇ, ਜਾਂ ਇੱਥੇ ਵੀ ਅਸੀਂ ਮੌਕੇ 'ਤੇ ਵੀ ਕਰ ਸਕਦੇ ਹਾਂ ਔਰ ਸਾਡੇ ਉੱਥੇ ਡਾਕਟਰ ਸਾਹਿਬਾਨ ਹੋਣਗੇ। ਮੈਂ ਚਾਹੂੰਗਾ ਕਿ ਉਹ ਪਰਫਾਰਮੇ ਮੁਤਾਬਕ ਜੇ ਆਪਣੇ ਆਪਣੇ ਥਾਵਾਂ ਤੋਂ ਕਰਾ ਕੇ ਲੈ ਆਉਣ ਤਾਂ ਬਹੁਤ ਚੰਗੀ ਗੱਲ ਹੋਊਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ ਅੰਤਰਿਮ ਕਮੇਟੀ ਦੀ ਇਕੱਤਰਤਾ ਵਿੱਚ ਗੁਰਦੁਆਰਾ ਸਾਹਿਬਾਨੰਦ ਸਿਰੋਪਾਓ ਦੇਣ ਦੇ ਪ੍ਰਚਲਨ ਨੂੰ ਬੰਦ ਕਰਦਿਆਂ ਇਸ ਤੋਂ ਹੋਣ ਵਾਲੀ ਵਿੱਤੀ ਬੱਚਤ ਨੂੰ ਕੌਮ ਦੀ ਨੌਜਵਾਨੀ ਅਤੇ ਇਸ ਦੇ ਅਕਾਦਮਿਕ ਵਿਕਾਸ ਲਈ ਵਰਤਣ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਤਹਿਤ ਸਿਰੋਪਾਓ ਦੇਣ ਦੀ ਆਮ ਵਰਤੋਂ ਉੱਤੇ ਪਾਬੰਦੀ ਲਗਾਉਂਦਿਆਂ ਕੇਵਲ ਧਾਰਮਿਕ ਸ਼ਖਸੀਅਤਾਂ, ਨਗਰ ਕੀਰਤਨਾਂ ਦੌਰਾਨ 5 ਪਿਆਰਿਆਂ, ਰਾਗੀ ਅਤੇ ਧਰਮ ਪ੍ਰਚਾਰਕਾਂ ਤੱਕ ਹੀ ਇਸ ਨੂੰ ਸੀਮਿਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਹੋਰ ਅਹਿਮ ਫੈਸਲਿਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਿਰੋਪਾਓ ਦੀ ਵਰਤੋਂ ਬਾਰੇ ਸਿਧਾਂਤਕ ਫੈਸਲੇ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਗੁਰਬਾਣੀ ਪ੍ਰਸਾਰਣ ਨੂੰ ਆਪਣੇ ਵੈੱਬ ਚੈਨਲ 'ਤੇ ਚਲਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਹਨੇ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਧੁਨਿਕ ਤਕਨੀਕ ਦਾ ਸਾਊਂਡ ਸਿਸਟਮ ਵੀ ਲਗਾਇਆ ਜਾਵੇਗਾ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ 1984 ਵਿੱਚ ਕੀਤੇ ਫੌਜੀ ਹਮਲੇ ਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਨੂੰਹ ਬੀਬੀ ਸੰਦੀਪ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਐਗਜੈਕਟਿਵ ਦੀ ਮੀਟਿੰਗ ਸੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਮੈਂਬਰ SGPC ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ, ਉਹ ਅੱਜ ਚਲਾਣਾ ਕਰ ਗਏ। ਉਹਨਾਂ ਦਾ ਸੋਗ ਮਤਾ ਸੀ, ਮੂਲ ਮੰਤਰ ਦੇ ਜਾਪ ਕਰਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਦੂਸਰਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ, ਕਿਉਂਕਿ ਜਿਹੜਾ ਸਾਊਂਡ ਸਿਸਟਮ ਹੈ ਬਹੁਤ ਪੁਰਾਣਾ ਹੋ ਚੁੱਕਾ, ਇਹ ਆਧੁਨਿਕ ਤਕਨੀਕ ਦੇ ਉੱਤੇ ਇਹਨੂੰ ਨਵਾਂ ਸਾਊਂਡ ਸਿਸਟਮ ਕਰਨ ਦੀ ਲਾਉਣ ਦੀ ਜਿਹੜੀ ਆ ਉਹ ਪ੍ਰਵਾਨਗੀ ਦਿੱਤੀ ਗਈ। ਉਹ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ,
ਉਹਨੂੰ ਵੀ ਯੂਟਿਊਬ ਸੋਸ਼ਲ ਜਿਹੜਾ ਸਾਡਾ ਚੈਨਲ ਆ ਉਹ ਤੋਂ ਹੀ ਪ੍ਰਸਾਰਿਤ ਕੀਤਾ ਜਾਇਆ ਕਰੂਗਾ, ਕਿਉਂਕਿ ਦੇਖਣ ਵਿੱਚ ਬਹੁਤ ਸ਼ਿਕਾਇਤਾਂ ਆਈਆਂ ਕਿ ਉਸ ਚੈਨਲ ਦੇ ਵਿੱਚ ਬੜੀ ਵੱਡੇ ਪੱਧਰ 'ਤੇ ਜਿਹੜੀ ਆ ਉਹ ਚੋਰੀ ਕੀਤੀ ਜਾਂਦੀ ਆ। ਇਸ ਕਰਕੇ ਉਹਨੂੰ ਵੀ ਅਸੀਂ ਆਪਣੇ ਇੰਡੀਵਿਜੁਅਲ ਤੌਰ ਦੇ ਉੱਤੇ ਹੁਣ ਯੂਟਿਊਬ ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਆ ਉਹ 'ਤੇ ਜਿਹੜਾ ਆ ਉਹ ਕੀਤਾ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ, ਰਾਗੀਆਂ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਡਿਊਟੀ ਕਰਨ ਵਾਲਿਆਂ ਦਾ ਡਰੈਸ ਕੋਡ ਹੋਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਅੰਤਰੀ ਕਮੇਟੀ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗ੍ਰੰਥੀ ਸਾਹਿਬਾਨ, ਰਾਗੀ ਸਿੰਘ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤੈਅ ਮਰਿਆਦਾ ਅਨੁਸਾਰ ਹੀ ਕੱਪੜੇ ਪਹਿਨ ਸਕਣਗੇ। ਉਹਨਾਂ ਇਹ ਵੀ ਕਿਹਾ ਕਿ ਡਿਊਟੀ ਦੇ ਦਰਮਿਆਨ ਗ੍ਰੰਥੀ ਸਿੰਘ, ਰਾਗੀ ਸਿੰਘ ਅਤੇ ਹੋਰ ਹਜ਼ੂਰੀ ਸਿੰਘ ਡਿਊਟੀ ਕਰਨ ਵਾਲੇ ਇਸ ਡਰੈਸ ਕੋਡ ਦੇ ਪਾਬੰਦ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਨਾਲ ਇਹ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਮੁੱਚੇ ਗੁਰਦੁਆਰਾ ਸਾਹਿਬਾਨ ਵਿੱਚ ਲਾਗੂ ਹੋਵੇਗਾ। ਜਿੰਨੇ ਸਾਡੇ ਗ੍ਰੰਥੀ ਸਾਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਆ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਮ੍ਰਿਤਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿ ਦਿੰਦੇ ਜਾਂ ਚੂੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਬਣਾਉਣਗੇ ਕਿ ਕੋਈ ਵੀ ਜਿਹੜਾ ਗ੍ਰੰਥੀ ਸਿੰਘ ਉਹ ਅੱਜ ਕੱਲ੍ਹ ਦਾ ਮਾਡਰਨ ਫੈਸ਼ਨ ਕਿ ਪੈਂਟ ਕਾਰਡ ਜੇ ਜਿੱਦਾਂ ਉਹ ਅੱਜ ਕੱਲ੍ਹ ਪੈਂਟ ਟਾਈਪ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਬੰਦ ਅਤੇ ਅੰਦਰਲੇ ਪ੍ਰਬੰਧ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਯੂਨੀਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ 'ਤੇ ਆ ਚੱਲਿਆ ਆਉਂਦਾ ਸਮਾਂ ਉਹ ਲਾਗੂ ਕੀਤਾ ਜਾਊਗਾ ਅਤੇ ਰਾਗੀ ਸਿੰਘਾਂ 'ਤੇ ਵੀ ਤਾਂ ਕਿ ਇਹ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਤਿਗੁਰੂ ਨੂੰ ਸਮਰਪਿਤ ਆ ਇਹ ਤੁਹਾਡੀ ਮੇਰੀ ਨਹੀਂ ਅਤੇ ਕਈ ਵਾਰੀ ਆਪਾਂ ਫਿਰ ਸਵਾਲ ਵੀ ਬਵੇਲੇ ਖੜ੍ਹੇ ਕਰ ਲੈਂਦੇ ਹਾਂ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਆ ਉਹ ਜ਼ਰੂਰ ਜਿਹੜੀ ਲਾਗੂ ਕੀਤੀ ਜਾਊਗੀ। ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਨਗਰ ਕੌਂਸਲ ਬੱਸੀ ਪਠਾਣਾ ਦੇ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੈਰ ਹਾਜ਼ਰ ਪਾਏ ਗਏ। ਇਸ ਉੱਤੇ ਵਿਧਾਇਕ ਵੱਲੋਂ ਉੱਚ ਅਧਿਕਾਰੀਆਂ ਨੂੰ ਈਓ ਦੇ ਖਿਲਾਫ਼ ਕਾਰਵਾਈ ਕਰਨ ਦੇ ਲਈ ਲਿਖ ਦਿੱਤਾ ਗਿਆ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਉਹਨੂੰ ਹਲਕੇ ਦੇ ਲੋਕਾਂ ਤੋਂ ਸ਼ਿਕਾਇਤ ਮਿਲ ਰਹੀ ਸੀ ਕਿ ਨਗਰ ਕੌਂਸਲ ਬੱਸੀ ਪਠਾਣਾ ਦੇ ਵਿੱਚ ਈਓ ਦਫ਼ਤਰ ਵਿੱਚ ਨਹੀਂ ਮਿਲਦੇ ਜਿਸ ਕਰਕੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਨਗਰ ਕੌਂਸਲ ਬੱਸੀ ਪਠਾਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਈਓ ਹਾਜ਼ਰ ਨਹੀਂ ਪਾਏ ਗਏ ਜਿਸ ਦੇ ਸੰਬੰਧੀ ਉਹਨਾਂ ਨੇ ਲਿਖਤੀ ਤੌਰ ਉੱਤੇ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਹੈ। ਅਕਸਰ ਆਈਦਾ ਜੀ ਨਗਰ ਕੌਂਸਲ ਮੇਰੇ ਹਲਕੇ ਦੇ ਬਸੀ ਪਠਾਣਾ ਦੀ ਨਗਰ ਕੌਂਸਲ ਹੈ ਸੋ ਅੱਜ ਕਈ ਦਿਨ ਤੋਂ ਇਹ ਸੁਣਨ ਨੂੰ ਮਿਲ ਰਿਹਾ ਸੀ ਕਿ ਈਓ ਸਾਹਿਬ ਜਿਹੜੇ ਆਉਂਦੇ ਘੱਟ ਨੇ ਜਾਂ ਟਾਈਮ ਸਿਰ ਨਹੀਂ ਆਉਂਦੇ ਸੋ ਮੈਂ ਸੋਚਿਆ ਚਲੋ ਕਈ ਵਾਰੀ ਠੰਡ ਹੁਣ ਦਾ ਸਮਾਂ ਹੁੰਦਾ ਬੰਦਾ ਲੇਟ ਫੇਟ ਹੋ ਜਾਂਦਾ ਬਟ ਅੱਜ ਮੈਨੂੰ ਜਦੋਂ ਮੈਂ ਕਿਹਾ ਚਲੋ ਆਪਾਂ ਦੇਖੀਏ ਜਾ ਕੇ ਲੋਕ ਜੋ ਕਹਿੰਦੇ ਨੇ ਕਿ ਉਹ ਸਹੀ ਅੱਜ ਮੈਂ 3 ਵਜੇ ਇੱਥੇ ਪਹੁੰਚਿਆ ਅਤੇ ਈਓ ਸਾਹਿਬ ਨਹੀਂ ਸੀਗੇ ਮੈਂ ਉਹਦੇ ਬਾਰੇ ਲਿਖਤੀ ਵੀ ਦੇ ਚੁੱਕਿਆ ਹੈ ਡਿਪਾਰਟਮੈਂਟ ਨੂੰ ADC ਸਾਹਿਬ ਨੂੰ ਕਿ ਇਹ ਦਿੱਕਤ ਜਿਹੜੀ ਹੈ ਸ਼ਾਇਦ ਕਿਉਂਕਿ ਜਦੋਂ ਆਪਾਂ ਔਫਿਸਰ ਆਪਣੀ ਚੇਅਰ 'ਤੇ ਨਹੀਂ ਹੁੰਦਾ ਤਾਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੈਂਡਿੰਗ ਰਹਿ ਜਾਂਦੇ ਉਹ ਸਾਨੂੰ ਬੜੀ ਦਿੱਕਤ ਆਉਂਦੀ ਇਸ ਗੱਲ ਦੀ ਪਹਿਲਾਂ ਵੀ ਸਾਨੂੰ ਪ੍ਰੋਬਲਮਸ ਆਉਂਦੀਆਂ ਰਹੀਆਂ ਨੇ ਤੁਸੀਂ ਦੇਖਿਆ ਹੋਊਗਾ ਪਤਾ ਨਹੀਂ ਮੈਂ ਤਾਂ SDM ਸਾਹਿਬ ਵੀ ਨਾਲ ਸੀਗੇ ਅੱਜ
ਉਹਨਾਂ ਨੂੰ ਮੈਂ ਕਹਿੰਦਾ ਸੀ, ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਜੋਬ ਮਿਲੀ ਆਪਾਂ ਕੰਮ ਕਰਦੇ ਹਾਂ ਤਾਂ ਛੁੱਟੀ ਕਿਉਂ, ਜਾਂ ਮੰਨ ਲਓ ਲੇਟ ਕਿਉਂ, ਆਪਾਂ ਕਹਿ ਦਈਏ ਚਲੋ ਫਿਰ ਵੀ ਅੱਧਾ ਘੰਟਾ ਬੰਦਾ ਕਰ ਲੈਂਦਾ, ਅੜੀ ਕਰ ਲੈਂਦਾ, ਬਸ ਜਦੋਂ ਤੁਸੀਂ 3 ਵਜੇ ਵੀ ਮਾਰ ਕੇ ਦੇਖਿਆ ਉੱਥੇ ਨਹੀਂ ਸੀਗੇ, ਸੋ ਉਹਨਾਂ ਬਾਰੇ ਜਿਹੜਾ। ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਣੀ ਜਲੰਧਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਭਾਜਪਾ ਵਰਕਰਾਂ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ। ਸੁਨੀਲ ਕੁਮਾਰ ਜਾਖੜ ਨੇ ਕਾਂਗਰਸੀ ਵਿਧਾਇਕ ਸੁਖਪਾਲ ਕਰਨ ਨੂੰ ਜ਼ਮਾਨਤ ਮਿਲਣ ਤੋਂ ਤੁਰੰਤ ਬਾਅਦ ਇੱਕ ਹੋਰ ਮਾਮਲੇ ਵਿੱਚ ਗ੍ਰਿਫਤਾਰੀ ਕਰਨ ਉੱਤੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਇਹ ਕਾਰਵਾਈ ਸਹੀ ਨਹੀਂ ਹੈ। ਉਹਨਾਂ ਕਾਂਗਰਸ ਉੱਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਜੋ ਕਾਂਗਰਸ ਆਪਣੇ ਵਿਧਾਇਕ ਦਾ ਸਾਥ ਨਹੀਂ ਦੇ ਸਕਦੀ, ਉਹ ਆਪਣੇ ਵਰਕਰਾਂ ਦੀ ਬਾਂਹ ਕਿਵੇਂ ਫੜੇਗੀ। ਕੱਲ੍ਹ ਇੱਕ ਬੜੀ ਘਟਨਾ ਪੰਜਾਬ ਦੇ ਅੰਦਰ ਘਟੀ ਹੈ। ਸਰਦਾਰ ਸੁਖਪਾਲ ਸਿੰਘ ਖਹਿਰਾ, ਉਹਨਾਂ ਨੂੰ ਰੈਗੂਲਰ ਬੇਲ ਦਿੱਤੀ ਹਾਈ ਕੋਰਟ ਨੇ ਡਰੱਗ ਰਿਲੇਟਡ ਕੇਸ ਦੇ ਅੰਦਰ, ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ। ਕੱਲ ਜਦੋਂ ਫੋਟੋ ਆਈ ਉਹਨਾਂ ਦੀ, ਆਈ ਵਾਜ਼ ਸ਼ੌਕਡ ਸਾਹਿਬ। ਮੈਂ ਉਸ ਫੋਟੋ 'ਚ ਦੇਖ ਰਿਹਾ ਸੀ, ਮੈਂ ਕਿਹਾ ਖਹਿਰਾ ਸਾਹਿਬ ਹੈ ਕਿੱਥੇ, ਪਛਾਣੇ ਨਹੀਂ ਗਏ। ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਹੈ, ਮੇਰੇ ਸਾਥੀ ਰਹੇ ਹੈ, ਮੇਰਾ ਬੜਾ ਅੱਛਾ ਸੰਬੰਧ ਹੈ, ਪਛਾਣਨਾ ਤਾਂ ਮੈਨੂੰ ਵੀ ਚਾਹੀਦਾ ਸੀ। ਪਰ ਮੈਨੂੰ ਲੱਗਦਾ ਖਹਿਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ। ਕਾਂਗਰਸ ਪਾਰਟੀ ਆਹ ਭੁੱਲ ਗਈ, ਖਹਿਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ MLA ਨਹੀਂ, ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ। ਹੁਣ ਤਾਂ ਹਾਈਕਮਾਂਡ ਦੀ ਚੁੱਪੀ ਸਮਝ ਆਉਂਦੀ ਸੀ, ਪਾਰਟੀ ਹਾਈਕਮਾਂਡ ACC ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ, ਮੈਨੂੰ ਸਮਝ ਆਉਂਦੀ ਸੀ ਵੀ ਉਹ ਡਰੱਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ, ਕਿਉਂਕਿ ਉਹਨਾਂ ਨੇ ਸ਼ਾਇਦ ਆਹ ਵੀ ਗੌਰ ਕਰ ਲਿਆਣਾ ਵੀ ਆ ਕੇਸ ਤਾਂ ਪੁਰਾਣਾ ਹੈ, 15 ਦਾ ਹੈ, ਇਟ ਮੇ ਨੋਟ ਬੀ ਵੈਂਡੇਟਾ, ਅਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ। ਪਰ ਕੱਲ੍ਹ ਜਦੋਂ ਸਰੇਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ, ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ, ਅਤੇ ਉਹਨੂੰ ਬੇਲ ਦਿੰਦੇ ਹੈ, ਅਤੇ ਬੇਲ ਉੱਥੋਂ ਕਚਹਿਰੀ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ ਪੁਲਿਸ ਫਿਰ ਫੜ ਲੈਂਦੀ ਹੈ ਜੀ, ਇੱਕ ਫਰਜ਼ੀ ਟੋਟਲ ਫੈਬਰੀਕੇਟਡ ਟੋਟਲ ਬੋਗਸ ਫੈਬਰੀਕੇਟਡ ਮੀਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫਿਰ ਧਰ ਲੈਂਦੇ ਹੈ। ਮੈਂ ਤਾਂ ਆਹ ਪੁੱਛਣਾ ਚਾਹੁੰਦਾ ਸਾਹਿਬ ਵੀ ਕਿ ACC ਜਾਂ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ, ਉਹ ਭੁੱਲ ਗਏ 3 ਮਹੀਨਿਆਂ 'ਚ ਵੀ ਖਹਿਰਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤੈਸ਼ੀ ਬਣੇ ਬੈਠੇ ਹੈ, ਛੱਡ ਤਾ ਉਹਨਾਂ ਨੇ, ਪੇਡੀਆਂ ਦੇ ਹਵਾਲੇ ਕਰਤਾ ਵੀ, ਆਹ ਲਓ ਜੀ ਖਾ ਲਓ ਤੁਸੀਂ, ਨੋਚ ਲਓ, ਵੱਢ ਲਓ ਇਹਨੂੰ, ਚੱਕ ਵੱਢ ਲਓ, ਕੋਈ ਬੋਲਦਾ ਹੀ ਨਹੀਂ ਸਾਹਿਬ। ਅਗਰ ਜਿਹੜੀ ਆਦਮੀ ਵਰਕਰ ਦਾ ਕੀ ਬਾਂਹ ਫੜੂਗੀ ਆਪਣੀ, ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਂਹ ਫੜੂਗੀ, ਕਿਹੜੇ ਮੂੰਹ ਨਾਲ ਆ ਕੇ ਦਵਿੰਦਰ, ਮੈਨੂੰ ਤਾਂ ਆਹ ਵੀ ਸ਼ੱਕ ਹੈ। ਕੱਲ੍ਹ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਆ ਜਿਹਨੂੰ ਇੰਚਾਰਜ ਲਾਇਆ ਹੈ, ਵੀ ਉਹ ਸ਼ਾਇਦ ਜਾ ਕੇ ਉੱਥੇ ਕਪੂਰਥਲੇ ਜੇਲ੍ਹ 'ਚ ਮਿਲਣ ਵੀ ਨਾ ਉਹਨਾਂ ਨੂੰ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਸ਼ਖਸੀਅਤ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹੋਰ ਆਗੂ ਸ਼ਾਮਲ ਹੋਏ। ਅੰਤਿਮ ਸੰਸਕਾਰ ਤੋਂ ਪਹਿਲਾਂ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਨੇ ਅਰਦਾਸ ਕੀਤੀ। ਚੇਖਾ ਨੂੰ ਅਗਨੀਓਨ ਦੇ ਸਪੁੱਤਰ ਜੇਲ੍ਹ ਸੁਪਰਡੈਂਟ ਲੁਧਿਆਣਾ ਸ਼ਿਵਰਾਜ ਸਿੰਘ ਵੱਲੋਂ ਦਿੱਤੀ ਗਈ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਪੰਥਕ ਹਲਕਿਆਂ ਵਿੱਚ ਕਾਫ਼ੀ ਸਤਿਕਾਰੇ ਜਾਂਦੇ ਰਹੇ ਨੇ।
ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਸੀ। ਉਹ 80 ਵਰ੍ਹਿਆਂ ਦੇ ਸਨ। ਜਥੇਦਾਰ ਨੰਦਗੜ੍ਹ ਮਾਰਚ 2003 ਤੋਂ ਜਨਵਰੀ 2015 ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ। ਉਹਨਾਂ ਦੇ ਦੇਹਾਂਤ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਣਯੋਗ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਜੀ ਨੰਦਗੜ੍ਹ, ਜਿਨ੍ਹਾਂ ਨੇ ਲੰਮਾ ਸਮਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਤੌਰ ਜਥੇਦਾਰ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਸਨ। ਉਹ ਅੱਜ ਫਾਨੀ ਸੰਸਾਰ ਤੋਂ ਅਕਾਲ ਪੁਰਖ ਦੇ ਹੁਕਮ ਵਿੱਚ ਪਰਿਵਾਰ ਅਤੇ ਸੰਸਾਰ ਨੂੰ ਛੱਡ ਕੇ ਪਰਲੋਕ ਗਮਨ ਕਰ ਗਏ ਨੇ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਅੱਜ ਜਨਮਦਿਨ ਹੈ। ਸਿੱਧੂ ਮੂਸੇਵਾਲਾ ਅਕਸਰ ਆਪਣੇ ਪਿਤਾ ਦੇ ਜਨਮਦਿਨ ਦੇ ਮੌਕੇ 'ਤੇ ਗੀਤ ਰਿਲੀਜ਼ ਕਰਿਆ ਕਰਦਾ ਸੀ, ਪਰ ਅੱਜ ਸਿੱਧੂ ਇਸ ਦੁਨੀਆ ਵਿੱਚ ਨਹੀਂ ਰਿਹਾ। ਇਸ ਲਈ ਸਿੱਧੂ ਦੇ ਪਿਤਾ ਬਹੁਤ ਭਾਵੁਕ ਨਜ਼ਰ ਆਏ। ਉਹਨਾਂ ਦੱਸਿਆ ਕਿ ਸਿੱਧੂ ਉਹਨਾਂ ਦੇ ਜਨਮਦਿਨ ਉੱਤੇ ਗੀਤ ਰਿਲੀਜ਼ ਕਰਦਾ ਸੀ ਅਤੇ ਉਹ ਸਿੱਧੂ ਨੂੰ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਰੱਖਣਗੇ। ਇਸ ਲਈ ਅੱਜ ਉਹਨਾਂ ਨੇ ਇੱਕ ਨਵੇਂ ਕਲਾਕਾਰ ਦਾ ਗੀਤ ਰਿਲੀਜ਼ ਕੀਤਾ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲ ਦੇ ਅਗਲੇ ਗੀਤ ਸਿੱਧੂ ਦੇ ਜਨਮਦਿਨ ਉੱਤੇ 11 ਜੂਨ ਨੂੰ ਅਤੇ ਉਹਨਾਂ ਦੀ ਮਾਂ ਦੇ ਜਨਮਦਿਨ ਉੱਤੇ ਵੀ ਰਿਲੀਜ਼ ਕੀਤੇ ਜਾਣਗੇ। ਇਹ ਸਾਡੇ ਨੋਟ 11 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ, ਕਾਫੀ ਅੱਛੀ ਆਵਾਜ਼ ਆ ਮੁੰਡੇ ਦੀ। ਤੁਸੀਂ ਆਮ ਤੌਰ 'ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟੀਸਪੇਟ ਕਰਦੇ ਦੇਖਿਆ ਹੋਊਗਾ ਆਮ ਲੋਕਾਂ ਦੇ ਵਿੱਚ। ਦਮਦਰ ਆਵਾਜ਼ ਆ, ਬਹੁਤ ਸੋਹਣਾ ਲਿਖਦਾ, ਅਤੇ ਆਪਾਂ ਨੋਟ 11 ਤੋਂ ਇਹਨੂੰ ਲਾਂਚ ਕਰ ਰਹੇ ਹਾਂ। ਔਰ ਇਹਦੇ ਲਾਸਟ ਵਿਸ਼ ਜਿਹੜਾ ਫਸਟ ਸੌਂਗ ਹੈ ਨੋਟ 11 ਤੋਂ ਰਿਲੀਜ਼ ਕਰ ਰਹੇ ਹਾਂ, ਤਾਂ ਉਮੀਦ ਹੈ ਤੁਹਾਡੀ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਚੜੂਗਾ ਅਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹੁਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ। ਬਹੁਤ ਵਧੀਆ ਆਵਾਜ਼ ਹੈ, ਬਹੁਤ ਸੋਹਣਾ ਗਾਉਂਦਾ। 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ? 5 ਜਨਵਰੀ ਮੇਰਾ ਬਰਥਡੇ ਹੈ, ਕਹਿ ਲਓ ਵੀ ਇਹ ਤੋਂ ਸ਼ੁਭਦੀਪ ਦੀ ਵੀ ਆਦਤ ਹੁੰਦੀ ਸੀ, ਉਹ ਕੋਈ ਨਾ ਕੋਈ ਆਪਣਾ ਸੌਂਗ ਮੇਰੇ ਜਨਮਦਿਨ 'ਤੇ ਜਾਂ ਆਪਣੀ ਮਾਤਾ ਦੇ ਜਨਮਦਿਨ 'ਤੇ ਕੁਛ ਨਾ ਕੁਛ ਛੱਡਦਾ ਹੁੰਦਾ ਸੀ। ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ, ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ, ਉਹਦੇ ਉੱਤੇ ਕੁਛ ਨਾ ਕੁਛ ਕਰਦਾ ਹੁੰਦਾ ਸੀ। ਬਸ ਉਹੀ ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ, ਹੈ ਨਾ, ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜੇ ਨਵੇਂ ਸੌਂਗ ਨੇ ਨਵੇਂ ਆਰਟਿਸਟ ਕੋਈ ਲਾਂਚ ਕਰਦੇ ਹਾਂ ਤਾਂ ਇਹਨਾਂ ਦਿਨਾਂ ਦੇ ਉੱਤੇ ਹੀ ਛੱਡੇ ਜਾਣ, ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ। ਹੁਸ਼ਿਆਰਪੁਰ ਦੇ ਪਿੰਡ ਡੈਣਾ ਕਲਾਂ ਦੇ ਸਰਪੰਚ ਅਤੇ ਉੱਘੇ ਦਲਿਤ ਆਗੂ ਸੰਦੀਪ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸੀਨੀਅਰ ਕਪਤਾਨ ਪੁਲਿਸ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਵਿੱਚੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ 2 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਵੀ ਉਹਨਾਂ ਉਮੀਦ ਜਤਾਈ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਸਰਪੰਚ ਸੰਦੀਪ ਕੁਮਾਰ, ਜੋ ਕਿ ਅੱਡਾ ਦੋ ਸੜਕਾਂ ਵਿਖੇ ਆਪਣੀ ਟਾਇਲਾਂ ਦੀ ਦੁਕਾਨ ਕਰਦਾ ਸੀ, ਸਵੇਰੇ ਤਕਰੀਬਨ 10 ਵਜੇ ਆਪਣੀ ਦੁਕਾਨ 'ਤੇ ਮੌਜੂਦ ਸੀ। ਉਸ ਸਮੇਂ 3 ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਨੇ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜੀ, ਕੱਲ੍ਹ ਬੜਾ ਇੱਕ ਅਨਫੋਰਚੁਨੇਟ ਇੰਸੀਡੈਂਟ ਹੋਇਆ, ਜਿਹਦੇ ਵਿੱਚ ਸੰਦੀਪ ਕੁਮਾਰ ਜੀ, ਜੋ ਡਡਿਆਣਾ ਕਲਾਂ ਦੇ ਸਰਪੰਚ ਸੀਗੇ, ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਹਦੇ ਸੰਬੰਧ ਵਿੱਚ ਜਿਹੜਾ ਹੈਗਾ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕਅਪ ਕਰਦੇ ਹੋਏ ਉਹਨਾਂ ਦੇ ਪਰਿਵਾਰ ਦੇ ਬਿਆਨਾਂ 'ਤੇ ਇੱਕ FIR ਅੰਡਰ 302 ਦਰਜ ਕੀਤਾ ਗਿਆ ਪੁਲਿਸ ਸਟੇਸ਼ਨ ਬੁੱਲੋਵਾ, ਅਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਟੀਮ ਇਨਵੈਸਟੀਗੇਟ ਕਰ ਰਹੀ ਹੈਗੀ, ਅਤੇ ਕਰਦੇ ਹੋਏ ਜਿਹੜਾ ਹੈਗਾ ਉਹ ਕਾਫੀ ਸਾਰੇ ਕਲਿਊਜ਼ ਸਾਡੀ ਟੀਮ ਨੂੰ ਸਾਹਮਣੇ ਆਏ। ਜਿਹੜਾ FIR ਦਰਜ ਕੀਤਾ ਗਿਆ ਉਹ ਇੱਕ ਦੋਸ਼ੀ ਅਨੂਪ ਕੁਮਾਰ ਅਲਿਆਸ ਵਿੱਕੀ 'ਤੇ ਬਾਈ ਨੇਮ, ਅਤੇ ਬਾਕੀ ਅਨਨੋਨਸ 'ਤੇ ਕੀਤਾ ਗਿਆ ਸੀਗਾ। ਅਤੇ ਸਾਡੀ ਟੀਮ ਨੇ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੇ 3
ਜਿਹੜੇ ਪ੍ਰਾਇਮਰੀ ਦੋਸ਼ੀ ਹੈਗੇ ਇਸ ਮਰਡਰ ਦੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ, ਜਿਹਨਾਂ ਦੀ ਪਹਿਚਾਣ ਇੱਕ ਅਨੂਪ ਕੁਮਾਰ ਇਲਿਆਸ ਵਿੱਕੀ ਦੇ ਰੂਪ 'ਚ, ਦੂਜਾ ਇੱਕ ਮਨੀਸ਼ ਕੁਮਾਰ ਇਲਿਆਸ ਮਨਪ੍ਰੀਤ ਕਲਿਆਣਪੁਰ ਦਾ ਰਹਿਣ ਵਾਲਾ ਉਹਦੇ ਰੂਪ 'ਚ, ਅਤੇ ਤੀਜਾ ਇੱਕ ਰੋਹਿਤ ਇਲਿਆਸ ਸੂਰਜ ਕੁਮਾਰ ਜਿਹੜਾ ਲੋਕਲ ਹੈਗਾ ਰਹਿਣ ਵਾਲਾ ਉਹਦੇ ਰੂਪ 'ਚ ਕੀਤੀ ਗਈ। ਇਹਨਾਂ ਦੀ ਪਛਾਣ ਕਰਨ ਤੋਂ ਬਾਅਦ ਸਾਡੀ ਟੀਮਸ ਨੇ ਜਿਹੜਾ ਹੈਗਾ ਵੱਖ ਵੱਖ ਥਾਵਾਂ 'ਤੇ ਅਸੀਂ 10 ਟੀਮਸ ਇਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਅਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਸ ਸੂਨ ਐਜ਼ ਪੋਸੀਬਲ ਐਪਰੀਹੈਂਡ ਕਰਨ ਵਾਸਤੇ ਜਿਹੜੀ ਹੈਗੀ ਟ੍ਰਿਬਿਊਟ ਕੀਤੀ। ਬੜਾ ਕਲੋਜ਼ਲੀ ਜਿਹੜਾ ਹੈਗਾ ਓਪਰੇਸ਼ਨ ਸਾਡੇ ਐਸ ਪੀ ਡੀ ਸਾਹਿਬ ਅਤੇ ਮੈਂ ਪਰਸਨਲੀ ਮੋਨੀਟਰ ਕਰ ਰਿਹਾ ਹੈਗਾ, ਡੀ ਏ ਜੀ ਸਾਹਿਬ ਸਾਡੇ ਜਲੰਧਰ ਰੇਂਜ ਸਾਨੂੰ ਗਾਈਡ ਕਰ ਰਹੇ ਹੈਗੇ ਇਸ ਚੀਜ਼ 'ਤੇ, ਅਤੇ ਉਹ ਅਸੀਂ ਜਿਹੜਾ ਹੈਗਾ ਲੇਟ ਨਾਈਟ ਅਰਲੀ ਮੋਰਨਿੰਗ ਜਿਹੜਾ ਹੈਗਾ ਇੱਕ ਦੋਸ਼ੀ ਸੂਰਜ ਕੁਮਾਰ ਅਲਿਆਸ ਰੋਹਿਤ ਨੂੰ ਇਹਦੇ ਵਿੱਚ ਫੜਨ 'ਚ ਕਾਮਯਾਬ ਰਹੇ ਹਾਂ ਅਤੇ ਹੁਣ ਉਸ ਤੋਂ ਫਰਦਰ ਪੁੱਛਤਾਛ ਚੱਲ ਰਹੀ ਹੈ। ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਦੇ ਪੇਰੈਂਟਸ ਤੋਂ ਵੀ ਅਸੀਂ ਜਿਹੜਾ ਹੈਗਾ ਉਹ ਅੱਗੇ ਪੁੱਛਤਾਛ ਕਰਦੇ ਹੋਏ ਇਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਜਾਰੀ ਹੈਗੀ। ਜਿਹੜੇ ਪੇਰੈਂਟਸ ਹੈਗੇ, ਪਰਿਵਾਰ ਹੈਗਾ, ਰਿਸ਼ਤੇਦਾਰ ਹੈਗਾ ਜਾਂ ਹੋਰ ਜਿਹੜੇ ਉਹਨਾਂ ਦੇ ਹਾਈਡ ਆਊਟਸ ਹੈਗੇ ਉਹਨਾਂ ਤੋਂ ਅਸੀਂ ਪੁੱਛਤਾਛ ਕਰ ਰਹੇ ਹਾਂ, ਸੋ ਦੈਟ ਕਿ ਉਹਨਾਂ ਦੇ ਬਾਰੇ ਉਹਨਾਂ ਦੇ ਕਲਿਊ ਲੱਗ ਕੇ ਅਤੇ ਅਸੀਂ ਉਹਨਾਂ ਨੂੰ ਐਸ ਸੂਨ ਐਜ਼ ਪੋਸੀਬਲ ਐਪਰੀਹੈਂਡ ਕਰ ਸਕਦੇ ਹਾਂ। ਐਨਆਰਆਈ ਸਭਾ ਪੰਜਾਬ ਨੂੰ ਨਵਾਂ ਪ੍ਰਧਾਨ ਮਿਲ ਗਿਆ, ਪਰਮਿੰਦਰ ਕੌਰ ਬੰਗਾ ਨੇ ਚੋਣ ਜਿੱਤ ਲਈ ਹੈ। ਸਭਾ ਦੇ ਪ੍ਰਧਾਨ ਦੀ ਚੋਣ ਲਈ ਮੈਦਾਨ ਵਿੱਚ 3 ਉਮੀਦਵਾਰ ਸਨ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਜਸਵੀਰ ਸਿੰਘ ਗਿੱਲ, ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਅਤੇ ਆਸਟ੍ਰੇਲੀਆ ਵਾਸੀ ਪਰਮਿੰਦਰ ਕੌਰ ਬੰਗਾ ਸ਼ਾਮਲ ਸਨ। ਕਮਲਜੀਤ ਸਿੰਘ ਹੇਅਰ ਨੂੰ ਏ, ਜਸਵੀਰ ਸਿੰਘ ਗਿੱਲ ਨੂੰ ਬੀ ਅਤੇ ਪਰਮਿੰਦਰ ਕੌਰ ਨੂੰ ਸੀ ਅਲਫਾਬੈਟ ਚੋਣ ਚਿੰਨ ਅਲਰਟ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਕਿ ਇਸ ਚੋਣ ਵਿੱਚ ਕੁੱਲ 168 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ ਕਮਲਜੀਤ ਹੇਅਰ ਨੂੰ ਕੋਈ ਵੋਟ ਨਹੀਂ ਪਈ, ਜਦਕਿ ਜਸਵੀਰ ਸਿੰਘ ਗਿੱਲ ਨੂੰ 14 ਅਤੇ ਪਰਮਿੰਦਰ ਕੌਰ ਨੂੰ 147 ਵੋਟਾਂ ਹਾਸਲ ਹੋਈਆਂ ਅਤੇ ਉਹ ਜੇਤੂ ਰਹੇ। ਆਟੋ ਰਿਕਸ਼ਾ ਟੈਕਸੀ ਬੱਸ ਟਰਾਂਸਪੋਰਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਬਾਬਾ ਕਾਂਵਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਮੌਕੇ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਕਾਂਵਲੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਨਵਾਂ ਹਿੱਟ ਐਂਡ ਰਨ ਕਾਨੂੰਨ ਡਰਾਈਵਰ ਵਿਰੋਧੀ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਵਾਪਸ ਲਿਆ ਜਾਵੇ। ਅੱਜ ਹਮ ਅੰਮ੍ਰਿਤਸਰ ਗੋਲਡਨ ਟੈਂਪਲ ਪਰ ਮਾਤਾ ਟੇਕਣ ਆਏ ਹੈ। ਹਮ ਯਹਾਂ ਪੇ ਸੇ ਆਸ਼ੀਰਵਾਦ ਲੈਣੇ ਆਏ ਕਿ ਦੇਸ਼ ਕੇ 25 ਕਰੋੜ ਡਰਾਈਵਰੋਂ ਕਾ ਜੋ ਡਿਮਾਂਡ ਹੈ, ਉਨ੍ਹਾਂ ਜੋ ਮੰਗ ਹੈ, ਉਹ ਪੂਰਾ ਹੋ ਸਕੇ। ਜੋ ਕੇਂਦਰ ਸਰਕਾਰ ਨੇ ਨਿਆ ਕਾਨੂੰਨ ਨਿਕਾਲਾ ਹੈ, ਇਸ ਕੇ ਬਾਰੇ ਮੈਂ ਆਪ ਕਿਆ ਕਹਿਣਾ ਚਾਹਤੇ ਹੈ? ਸੈਂਟਰਲ ਗਵਰਨਮੈਂਟ ਨੇ ਇੱਕ ਕਾਨੂੰਨ ਨਿਕਾਲਾ ਹੈ, ਹਿੱਟ ਐਂਡ ਰਨ ਜਿਸੇ ਕਿਹਾ ਜਾ ਰਿਹਾ ਹੈ, ਹਿੱਟ ਐਂਡ ਰਨ ਕੇ ਕਾਨੂੰਨ ਕੇ ਖਿਲਾਫ ਦੇਸ਼ ਭਰ ਕੇ ਸਾਰੇ ਡਰਾਈਵਰ, ਇਸ ਕੇ ਅੰਦਰ ਟਰੱਕ ਡਰਾਈਵਰ ਹੈ, ਟੈਂਪੋ ਡਰਾਈਵਰ ਹੈ, ਬਸ ਡਰਾਈਵਰ, ਇਨਮੇ ਕਾਫੀ ਗੁੱਸਾ ਹੈ, ਕਿਉਂਕਿ ਇਸ ਕਾਨੂੰਨ ਮੇਂ ਐਸਾ ਕਿਹਾ ਗਿਆ ਹੈ ਕਿ ਅਗਰ ਕੋਈ ਵੀ ਆਪਘਾਤ ਕਰਤਾ ਹੈ ਤੋ ਆਪਘਾਤ ਕਰਨੇ ਕੇ ਬਾਅਦ ਮੇਂ ਉਸਕੋ 10 ਸਾਲ ਕੀ ਸਜ਼ਾ ਔਰ 7 ਲੱਖ ਰੁਪਏ ਜੁਰਮਾਨਾ ਦਿਆ ਜਾਏਗਾ, ਤੋ ਇਹ ਬਹੁਤ ਹੀ ਨਾਇਨਸਾਫੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਸੈਕਟਰ 26 ਚੰਡੀਗੜ੍ਹ ਵਿਖੇ ਡਾਕਟਰ ਪ੍ਰਵਲਿਨ ਸਿੰਘ ਵੱਲੋਂ ਸਾਬਕਾ ਰਾਜ ਸਭਾ ਮੈਂਬਰ ਸਰਦਾਰ ਤਰਲੋਚਨ ਸਿੰਘ ਦੇ ਜੀਵਨ ਉੱਤੇ ਆਧਾਰਿਤ ਲਿਖੀ ਪੁਸਤਕ ਸਰਦਾਰ ਤਰਲੋਚਨ ਸਿੰਘ ਹਿਸਟੋਰਿਕ ਜਰਨੀ ਰਿਲੀਜ਼ ਕੀਤੀ। ਪੇਸ਼ ਇਸ ਬਾਬਤ ਸਾਡੀ ਇੱਕ ਰਿਪੋਰਟ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਸੈਕਟਰ 26 ਚੰਡੀਗੜ੍ਹ ਵਿਖੇ ਡਾਕਟਰ ਪ੍ਰਵਲਿਨ ਸਿੰਘ ਵੱਲੋਂ ਲਿਖੀ ਪੁਸਤਕ ਸਰਦਾਰ ਤਰਲੋਚਨ ਸਿੰਘ ਹਿਸਟੋਰਿਕ ਜਰਨੀ ਰਿਲੀਜ਼ ਕੀਤੀ। ਪੁਸਤਕ ਰਿਲੀਜ਼ ਕਰਨ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਸਰਦਾਰ ਤਰਲੋਚਨ ਸਿੰਘ ਵੱਲੋਂ ਆਪਣੇ ਜੀਵਨ ਵਿੱਚ ਕੀਤੀ ਘਟਨਾ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਰਦਾਰ ਤਰਲੋਚਨ ਸਿੰਘ ਅਜਿਹੇ ਇਨਸਾਨ ਹਨ ਜਿਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਉਹਨਾਂ ਕਿਹਾ ਕਿ ਉਹ ਸਮੁੱਚੇ ਸੰਸਾਰ ਵਿੱਚ ਸਿੱਖ ਕੌਮ ਨੂੰ ਅਦੁੱਤੀ ਪਛਾਣ ਦੇਣ ਵਾਲੇ ਇਨਸਾਨ ਨੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਖੁਸ਼ਨਸੀਬ ਹਾਂ ਕਿ ਗੁਰਸਿੱਖੀ ਸਤਿਗੁਣਾਂ ਨਾਲ ਭਰਪੂਰ ਸਤ ਸੰਤੋਖ ਸਹਿਜ ਸਬਰ ਸਿਦਕ ਦੇ ਧਾਰਨੀ ਰਾਜਨੀਤਿਕ ਧਾਰਮਿਕ ਅਤੇ ਪੱਤਰਕਾਰੀ ਦੇ ਥੰਮ ਪੰਜਾਬੀ ਜਗਤ ਦੀ ਉੱਚੀ ਸ਼ਖਸੀਅਤ ਪਦਮ ਭੂਸ਼ਣ ਅਵਾਰਡੀ ਸਰਦਾਰ ਤਰਲੋਚਨ ਸਿੰਘ ਦੀ ਮੌਜੂਦਗੀ ਦਾ ਆਨੰਦ ਮਾਣ ਰਹੇ ਹਾਂ। ਸੰਧਵਾ ਨੇ ਕਿਹਾ ਕਿ ਸਰਦਾਰ ਤਰਲੋਚਨ ਸਿੰਘ ਦੀ ਅਣਥੱਕ ਮਿਹਨਤ, ਲੰਬੇ ਸੰਘਰਸ਼ ਅਤੇ ਜੀਵਨ ਦੀ ਅਣਗਿਣਤ ਸਫਲ ਪ੍ਰਾਪਤੀਆਂ ਦਾ ਲੰਬਾ ਇਤਿਹਾਸ ਹੈ। ਸਰਦਾਰ ਤਰਲੋਚਨ ਸਿੰਘ ਵਰਗੀ ਅਦੁੱਤੀ ਸ਼ਖਸੀਅਤ ਦੇ ਜੀਵਨ ਨੂੰ ਇੱਕ ਕਿਤਾਬ ਵਿੱਚ ਸਮੇਟਣਾ ਨਾਮੁਮਕਿਨ ਹੈ, ਪਰ ਉਹ ਇਸ ਪੁਸਤਕ ਦੇ ਰਚੇਤਾ ਡਾਕਟਰ ਪ੍ਰਭਲੀਨ ਸਿੰਘ ਦੀ ਹਿੰਮਤ ਦੀ ਦਾਤ ਦਿੰਦੇ ਨੇ, ਜਿਨ੍ਹਾਂ ਨੇ ਇਸ ਮੁਸ਼ਕਿਲ ਕੰਮ ਨੂੰ ਇੱਕ ਸਫਲ ਅੰਜਾਮ ਤੱਕ ਪਹੁੰਚਾਇਆ। ਸਾਡੇ ਪੰਜਾਬ ਦੇ, ਮੈਂ ਇਸ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਮਹਾਂ ਪੰਜਾਬ ਦੀ ਗੱਲ ਕਰਦਾ, ਮੈਂ ਚੜ੍ਹਦੇ ਪੰਜਾਬ ਦੀ ਵੀ ਗੱਲ ਕਰਦਾ, ਲਹਿੰਦੇ ਪੰਜਾਬ ਦੀ ਗੱਲ ਕਰਦਾ। ਉੱਥੋਂ ਦੇ ਇੱਕ ਮਹਾਨ ਸਪੂਤ ਜਿਨ੍ਹਾਂ ਨੇ ਪੰਥ ਦੀ, ਪੰਜਾਬ ਦੀ, ਦੇਸ਼ ਦੀ, ਕੌਮ ਦੀ ਲਈ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ, ਔਰ ਇੱਕ ਐਗਜ਼ਾਮਪਲ ਬਣੇ ਵੀ ਜੇ ਕੋਈ ਸਰਕਾਰੀ ਅਫਸਰ ਇਮਾਨਦਾਰ ਨਾਲ, ਤਨਦੇਹੀ ਨਾਲ ਕੰਮ ਕਰਦਾ ਤਾਂ ਦੇਸ਼ ਦੀਆਂ ਬੁਲੰਦੀਆਂ 'ਤੇ ਜਾ ਸਕਦਾ। ਉਹ ਸਫ਼ਰ ਇਹਨਾਂ ਦਾ, ਜ਼ਿੰਦਗੀ ਦਾ ਸਫ਼ਰ ਸਰਦਾਰ ਤਰਲੋਚਨ ਸਿੰਘ ਦਾ, ਇਹਨਾਂ ਨੇ, ਸਰਦਾਰ ਤਰਲੋਚਨ ਸਿੰਘ ਨੇ ਆਪਣੀ ਜਿਹੜੀ ਬਾਇਓਗ੍ਰਾਫੀ ਹੈ ਉਹਦੇ ਉਹ ਅੱਜ ਉਹਨੂੰ ਅੱਜ ਰਿਲੀਜ਼ ਕੀਤਾ ਅਸੀਂ, ਅਤੇ ਬੜੀ ਮਾਣ ਮਹਿਸੂਸ ਹੋਇਆ ਕਿ ਮੈਂ ਜੋ ਇਹਨਾਂ ਦਾ ਬੱਚਾ ਅੱਜ ਇਸ ਔਗਸਟ ਗੈਦਰਿੰਗ ਦੇ ਵਿੱਚ ਉਹਦਾ ਹਿੱਸਾ ਬਣ ਸਕਿਆ ਜੀ। ਜ਼ਿਕਰਯੋਗ ਹੈ ਕਿ ਸਰਦਾਰ ਤਰਲੋਚਨ ਸਿੰਘ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ 1983 ਤੋਂ 1987 ਤੱਕ ਪ੍ਰੈਸ ਸਕੱਤਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਲ 2005 ਤੋਂ 2011 ਤੱਕ ਰਾਜ ਸਭਾ ਦੇ ਮੈਂਬਰ ਰਹੇ। ਉਹਨਾਂ ਨੇ ਸੰਸਦ ਵਿੱਚ 14 ਦਸੰਬਰ 2009 ਨੂੰ 1984 ਦੇ ਸਿੱਖ ਕਤਲਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਜ਼ਿਕਰਯੋਗ ਹੈ ਕਿ ਉਹਨਾਂ ਦੀ ਨੇੜਤਾ ਭਾਰਤ ਦੇ ਵੱਡੇ ਸਿਆਸਤਦਾਨਾਂ ਨਾਲ ਵੀ ਰਹੀ ਸੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਰਦਾਰ ਤਰਲੋਚਨ ਸਿੰਘ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਆਵਾਜ਼ ਬੁਲੰਦ ਕੀਤੀ ਸੀ। ਉਹਨਾਂ ਕਿਹਾ ਕਿ ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ। ਅੱਜ ਸਰਦਾਰ ਤਰਲੋਚਨ ਸਿੰਘ ਜੀ ਬਾਰੇ ਕਿਤਾਬ ਰਿਲੀਜ਼ ਹੋਈ ਹੈ, ਜਿਹੜੀ ਕਿਤਾਬ ਤੁਸੀਂ ਪੜ੍ਹ ਕੇ ਦੇਖੋਗੇ ਇਹ ਇਤਿਹਾਸ ਬਾਰੇ ਵੀ ਬਹੁਤ ਜਾਣਕਾਰੀ ਹੈ ਅਤੇ ਪੰਜਾਬ ਦੀਆਂ ਬਹੁਤ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਬਾਰੇ ਪ੍ਰਮੁੱਖ ਤੌਰ 'ਤੇ ਜਾਣਕਾਰੀ ਦੇ ਵਿੱਚ ਹੈ। ਸਰਦਾਰ ਤਰਲੋਚਨ ਸਿੰਘ 1957 'ਚ ਜਿਹੜਾ ਸਰਵਿਸ ਜੁਆਇਨ ਕੀਤੀ ਸੀ, ਔਰ ਲੰਬਾ ਸਮਾਂ ਸਿਆਸਤ ਵਿੱਚ ਵੀ ਰਹੇ, ਪਹਿਲਾਂ ਨੌਕਰੀ ਕੀਤੀ, ਨੌਕਰੀ ਤੋਂ ਸਿਆਸਤ 'ਚ ਗਏ, ਪਾਰਲੀਮੈਂਟ 'ਚ ਗਏ, ਰਾਸ਼ਟਰਪਤੀ ਭਵਨ 'ਚ ਗਏ, ਅਤੇ ਉਹ ਤੋਂ ਬਾਅਦ 91 ਸਾਲ ਦੀ ਉਮਰ ਵਿੱਚ ਵੀ ਜਿਸ ਤਰ੍ਹਾਂ ਇਹ ਪੰਜਾਬ ਦੀ ਹਰ ਗੱਲ 'ਚ ਹਿੱਸਾ ਲੈਂਦੇ ਨੇ, ਲੋਕਾਂ ਨੂੰ ਬਰਾਦ ਕਰਦੇ ਨੇ, ਸਲਾਹਕਾਰ ਨੇ ਹਰ ਦੇ, ਇਹ ਬਹੁਤ ਘੱਟ ਲੋਕਾਂ ਨੂੰ ਇਸ ਵੇਲੇ ਨਸੀਬ ਹੁੰਦਾ। ਅੱਜ ਵੀ ਜਦੋਂ ਸਰਕਾਰ ਨੂੰ ਕਿਤੇ ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਨ ਦੀ ਲੋੜ ਪੈਂਦੀ ਹੈ, ਚਾਹੇ ਪ੍ਰਧਾਨ ਮੰਤਰੀ ਜੀ ਹੋਣ, ਚਾਹੇ ਹੋਮ ਮਿਨਿਸਟਰ ਹੋਣ, ਜਾਂ ਕੋਈ ਹੋਰ ਵਿਅਕਤੀ ਹੋਣ, ਇਹਨਾਂ 'ਤੇ ਸਲਾਹ ਲੈਂਦੇ, ਔਰ ਇਹ ਆਪਣੇ ਹਰ ਸਲਾਹ ਬੇਵਾਕ ਹੋ ਕੇ ਸਪਸ਼ਟ ਤੌਰ 'ਤੇ ਦਿੰਦੇ ਨੇ। ਇੱਕ ਬੁੱਧੀਜੀਵੀ ਵਿਅਕਤੀ ਹੋਵੇ, ਇੱਕ ਵਿਚਾਰਕ ਹੋਵੇ, ਸਿਆਸਤਦਾਨ ਹੋਵੇ, ਅਧਿਕਾਰੀ ਹੋਵੇ, ਵਧੀਆ ਹੋਵੇ, ਵਕਤਾ ਹੋਵੇ, ਇਹ 4-5 ਗੁਣ ਜੇ ਇਕੱਠੇ ਕਰਨੇ ਹੋਵੇ ਸਰਦਾਰ ਤਰਲੋਚਨ ਸਿੰਘ ਬਣ ਜਾਂਦੇ। ਸਰਦਾਰ ਤਰਲੋਚਨ ਸਿੰਘ ਬਹੁਤ ਵਧੀਆ ਵਿਅਕਤੀ ਨੇ, ਔਰ ਇਹਨਾਂ ਨੇ ਆਪਣੇ ਵੇਲੇ 'ਤੇ ਹਰ ਜਿਹੜੀ ਮੁੱਖ ਘਟਨਾ ਹੋਈਆਂ ਉਹਨੂੰ ਪ੍ਰਭਾਵਿਤ ਵੀ ਕੀਤਾ। ਜੇ ਮੇਰਾ ਇਹਦੇ ਨਾਲ ਬਹੁਤ ਪੁਰਾਣਾ ਮੇਲ ਜੋਲ ਰਿਹਾ,
ਪਬਲਿਕ ਰਿਲੇਸ਼ਨ ਸੀ ਉਦੋਂ ਅਸੀਂ ਦੇਖਦੇ ਹੁੰਦੇ ਸੀ ਕੈਲੰਡਰ ਕੱਢਦੇ ਸੀ ਬਹੁਤ ਵਧੀਆ ਅਵਾਰਡਮੈਂਟ ਉਹ ਸਾਰੇ ਦੇਖਦੇ ਹੁੰਦੇ ਸੀ ਬਹੁਤ ਵਧੀਆ ਅਵਾਰਡਮੈਂਟ ਦਾ ਕੈਲੰਡਰ ਆਉਣਾ ਹੈ ਔਰ ਮੈਂ ਉਦੋਂ ਸਰਵਿਸ ਸੀ ਇਹਨਾਂ ਨਾਲ ਮਿਲਣਾ ਵੀ ਹੁੰਦਾ ਰਿਹਾ ਅਤੇ ਇਹਨਾਂ ਦੇ ਪ੍ਰਭਾਵ ਵੀ ਹੁੰਦੇ ਰਹੇ ਉਹਦੇ ਬਾਅਦ ਹੋਮ ਮਿਨਿਸਟਰ ਗਿਆਨੀ ਜੀ ਬਣ ਗਿਆ ਉਹਨਾਂ ਦੇ ਨਾਲ ਚਲੇ ਗਏ ਰਾਸ਼ਟਰਪਤੀ ਭਵਨ 'ਚ ਗਏ ਮੈਂ ਅਤੇ ਜੇ ਸਰਵਿਸ 'ਚ ਰਹੇ ਮੈਂ ਵੀ ਸਰਵਿਸ 'ਚ ਰਿਹਾ ਉਹਦੇ ਬਾਅਦ ਇਹ ਪਾਰਲੀਮੈਂਟ 'ਚ ਚਲੇ ਗਏ ਹੌਲੀ ਹੌਲੀ ਮੈਂ ਵੀ ਪਾਰਲੀਮੈਂਟ 'ਚ ਚਲੇ ਗਿਆ ਐੱਮ ਐੱਲ ਏ ਵੀ ਗਿਆ ਪਾਰਲੀਮੈਂਟ 'ਚ ਵੀ ਗਿਆ ਔਰ ਇਹਨਾਂ ਨਾਲ ਮੇਲ ਮਿਲਾਪ ਹਮੇਸ਼ਾ ਹੁੰਦਾ ਰਿਹਾ ਇਸ ਮੌਕੇ ਬੋਲਦਿਆਂ ਸਰਦਾਰ ਤਰਲੋਚਨ ਸਿੰਘ ਨੇ ਕਿਹਾ ਕਿ ਵੰਡ ਸਮੇਂ ਬੇਘਰੇ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ 1.5 ਸਾਲ ਪਟਿਆਲਾ ਵਿਖੇ ਬਾਲ ਮਜ਼ਦੂਰੀ ਦਾ ਸਹਾਰਾ ਲਿਆ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਖਾਲਸਾ ਸਕੂਲ ਵਿੱਚ ਦਾਖਲ ਕਰਵਾਉਣ ਲਈ ਬਚਾਇਆ 1949 ਵਿੱਚ ਉਹਨਾਂ ਨੇ 10ਵੀਂ ਪਾਸ ਕੀਤੀ ਅਤੇ ਬਾਅਦ ਵਿੱਚ 1955 ਵਿੱਚ ਅਰਥ ਸ਼ਾਸਤਰ ਵਿੱਚ ਐੱਮ ਏ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦਾ ਜੋ ਹੈ ਨਾ ਹਮ ਕੀਆ ਨਾ ਕਰ ਸਕੇ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸ਼੍ਰੀ ਜੋ ਕੀਆ ਸੋ ਹਰ ਕੀਆ ਅਤੇ ਉਹ ਕਵੀ ਇਹ ਗੁਰੂ ਮਹਾਰਾਜ ਦੀ ਕਿਰਪਾ ਮੇਰੇ 'ਤੇ ਕਿ ਇੰਨਾ ਕੁਛ ਮੈਂ ਕਰ ਸਕੇ ਸ਼ਾਇਦ ਗਲਤੀਆਂ ਵੀ ਬੜੀਆਂ ਹੋਈਆਂ ਪਰ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇੱਕੋ ਕਹਿ ਸਕਦਾ ਮੈਂ ਚੁਗਲੀ ਨਹੀਂ ਕਰਦਾ ਕਿਸੇ ਦੀ ਸਾਰੇ ਲੀਡਰ ਮੇਰੇ ਬਾਬਾ ਸਾਰੇ ਮਸਤ ਤਾਰਾ ਸਿੰਘ ਜੀ ਤੋਂ ਲੈ ਕੇ ਕੋਈ ਐਸਾ ਲੀਡਰ ਨਹੀਂ ਜਿਹਦੇ ਮੈਂ ਨੇੜਤਾ ਨਹੀਂ ਮਸਤ ਤਾਰਾ ਸਿੰਘ ਜੀ 1951 ਵਿੱਚ ਹੁਕਮ ਸਿੰਘ 15 ਦਿਨ ਦਾ ਫੈਡਰੇਸ਼ਨ ਕੈਂਪ ਪੌਂਟਾ ਸਾਹਿਬ ਮੈਂ ਉਹ ਅਟੈਂਡ ਕੀਤਾ ਮਸਤ ਤਾਰਾ ਸਿੰਘ ਦੀ ਪਹਿਲੀ ਗ੍ਰਿਫਤਾਰੀ 1949 ਮੈਂ ਉੱਥੇ ਸੀ ਸੋ ਬੜਾ ਕੁਛ ਗੁਰੂ ਨੇ ਪਾਕਿਸਤਾਨੋਂ ਉਜੜੇ ਖਾਦਸ਼ਾਹ ਹੋ ਕੇ 1.5 ਸਾਲ ਮੈਂ ਚਾਈਲਡ ਲੇਬਰ ਕੀਤੀ ਫਿਰ ਪੜ੍ਹਿਆ ਅਤੇ ਕਿੱਥੇ ਮੈਂ ਰਾਸ਼ਟਰਪਤੀ ਭਵਨ ਜਾ ਕੇ ਰਿਹਾ ਸੋ ਇਹ ਸਭ ਗੁਰੂ ਦੀ ਬਖਸ਼ਿਸ਼ ਹੈ ਔਰ ਗੁਰੂ ਕਰਾਉਂਦਾ ਹੈ ਜਿੰਨੇ ਬੈਠੇ ਹੋ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਦੀ ਕਦਰ ਹੈ ਅੱਜ ਆਏ ਮੈਂ ਤਾਂ ਬਹੁਤ ਧੰਨਵਾਦੀ ਹਾਂ ਲੋਕਪਾਲ ਜੀ ਬੜੇ ਜੱਜਿਸ ਔਰ ਮੇਰੇ ਜ਼ਿੰਦਗੀ 'ਚ ਇੱਕ ਨੌਕਰੀ ਮੈਨੂੰ ਜਿਹੜੀ ਮਾਰਕਫੈਡ 'ਚ ਮਿਲੀ ਉਹ ਦੇਣ ਵਾਲੇ ਸਰ ਰਵਿੰਦਰ ਸਿੰਘ ਵੀ ਬੈਠੇ ਹੈ ਇਹਨਾਂ ਨੇ ਮੈਨੂੰ ਮਾਰਕਫੈਡ ਵਿੱਚ ਪਟਿਆਲੇ ਪੋਸਟ ਕਰਵਾਇਆ ਸੋ ਇਹਨਾਂ ਦਾ ਇਹ ਮੇਰੇ ਕੈਰੀਅਰ 'ਚ ਬਹੁਤ ਵੱਡਾ ਰੋਲ ਚਾਂਸਲਰ ਸਾਹਿਬ ਬੈਠੇ ਹੋਰ ਸਾਰੇ ਵਾਈਸ ਚਾਂਸਲਰ ਬਹੁਤ ਆਏ ਹੋ ਮੈਂ ਕੋਈ ਲੈਕਚਰ ਨਹੀਂ ਕਰਨਾ ਇਹ ਮੇਰੀ ਕਿਤਾਬ ਮੈਂ ਇੱਕ ਗੱਲ ਬਿਲੀਵ ਕਰਦਾ ਜਿਸ ਪੋਸਟ 'ਤੇ ਗੁਰੂ ਤੁਹਾਨੂੰ ਰੱਖੇ ਸਿੰਸੀਅਰਲੀ ਜੇ ਕੰਮ ਕਰੋ ਤਾਂ ਐਟਲੀਸਟ ਉਹ ਰਿਕਾਰਡ 'ਚ ਲਿਓ ਬੜੇ ਲੀਡਰ ਚਲੇ ਗਏ ਬਿਨਾਂ ਲਿਖੇ ਬੜਿਆਂ ਨੂੰ ਮੈਂ ਵੀ ਕਿਹਾ ਸਰ ਸਵਰਨ ਸਿੰਘ ਨੂੰ ਕਿਹਾ ਬਾਦਲ ਸਾਹਿਬ ਨੂੰ ਕਈ ਵਾਰੀ ਕੋਈ ਇੱਕ ਲਾਈਨ ਨਹੀਂ ਲਿਖ ਕੇ ਸੋ ਮੈਂ ਮਿਨਾਰਟੀ ਕਮਿਸ਼ਨ 'ਚ 2 ਕਿਤਾਬਾਂ ਛਾਪੀਆਂ ਮਿਨਾਰਟੀ ਕਮਿਸ਼ਨ ਐਂਡ ਦਾ ਸਿੱਖਸ ਕਿ ਮੈਂ ਕੀ ਕੀਤਾ ਉਹ 2 ਰਿਕਾਰਡਡ ਸੋ ਅੱਜ ਦੀ ਕਿਤਾਬ ਜਿੰਨਾ ਕੁਛ ਮੇਰੇ ਕੋਲ ਰਿਕਾਰਡ ਸੀ ਪ੍ਰੈਜ਼ੀਡੈਂਟ ਬੁਸ਼ ਦੇ ਲੈਟਰ ਤੋਂ ਲੈ ਕੇ ਪੋਪ ਤੋਂ ਲੈ ਕੇ ਕੁਈਨ ਤੋਂ ਲੈ ਕੇ ਪ੍ਰੈਜ਼ੀਡੈਂਟ ਫਰਾਂਸ ਪਗੜੀ ਵਾਲੇ ਤੋਂ ਲੈ ਕੇ ਉਹ ਸਾਰੇ ਲੈਟਰ ਤਾਂ ਕਿ ਮੈਂ ਇਹ ਨਾ ਕਹਾਂ ਕਿ ਮੈਂ ਅਖਬਾਰਾਂ 'ਚ ਖਬਰਾਂ 'ਚ ਪਾਉਂਦਾ ਰਿਕਾਰਡਡ ਲੈਟਰ ਸਾਰੇ ਇਸ ਕਿਤਾਬ 'ਚ ਦੇ ਆਪਣੇ ਵੱਲੋਂ ਹਮੇਸ਼ਾ ਕੌਮ ਦੀ ਔਰ ਦੇਸ਼ ਦੀ ਇੱਕੋ ਗੱਲ 'ਚ ਬਿਲੀਵ ਕਨਫਰੰਟੇਸ਼ਨ ਛੱਡੋ ਨੈਗੋਸੀਏਸ਼ਨ ਦਾ ਰਸਤਾ ਲਵੋ ਔਰ ਬੜੇ ਰਸਤੇ ਕੰਮ ਕਰਾਉਣ ਦੇ ਮੈਂ ਉਹ ਅਡਾਪਟ ਕੀਤੇ ਜੇ ਮੈਂ ਇਕੱਲਾ ਮੈਂਬਰ ਜੇ ਮੈਂਬਰ ਐਮ ਪਾਰਲੀਮੈਂਟ ਸਾਡੇ ਕਈ ਇੱਕ ਬੰਦੇ ਨੇ ਪ੍ਰਾਈਵੇਟ ਮੈਂਬਰ ਬਿੱਲ ਮੂਵ ਕਰਕੇ
ਤੁਹਾਡੇ ਸਾਹਮਣੇ ਆਨੰਦ ਮਾਰਜ ਐਕਟ ਲਿਆ। ਸਾਰੇ 70 ਸਾਲ ਸਿੱਖਾਂ ਲਈ ਪਾਰਲੀਮੈਂਟ ਇੱਕੋ ਗੱਲ ਕਰੀ, ਉਹ ਮੈਂ ਮੂਵ ਕੀਤਾ, ਪਾਸ ਹੋ ਗਿਆ। ਧਾਰਾ 25 ਮੈਂ ਪੇਸ਼ ਹੋਇਆ ਕਮਿਸ਼ਨ ਵੈਂਕਟ ਚਲੀਆ ਕਮਿਸ਼ਨ ਕੋਲ, ਉਹਨਾਂ ਕੋਲੋਂ ਮੈਂ ਅਪਰੂਵ ਕਰਾ ਲਿਆ, ਪਾਰਲੀਮੈਂਟ 'ਚ ਮੂਵ ਕੀਤਾ, ਧਾਰਾ 25 ਦੀ ਅਮੈਂਡਮੈਂਟ ਹੋਰ ਰਹਿ ਗਈ। ਪਾਰਲੀਮੈਂਟ ਵਿੱਚ ਅਫਸੋਸ ਦਾ ਮਤਾ ਵੀ ਮੈਂ ਪੇਸ਼ ਕੀਤਾ, ਵਾਈਸ ਚੇਅਰਮੈਨ ਨੇ ਮਰੂਰ ਕੀਤਾ ਪਾਸ ਬੜੇ ਦਾ। ਸੋ ਕੋਸ਼ਿਸ਼ ਇਹ ਕੀਤੀ ਕਿ ਮੈਂ 6 ਸਾਲ ਸਿੱਖ ਵਿਊ ਪੁਆਇੰਟ ਲੋਕਾਂ ਕੋਲ ਦੱਸ ਸਕਾਂ, ਕੋਈ ਕੋਸ਼ਿਸ਼ ਹੋਈ ਹੈ। ਸੋ ਪ੍ਰਵਲੀਨ ਨੇ ਬੜੀ ਮਿਹਨਤ ਕਰਕੇ ਕਿਤਾਬ ਛਾਪੀ, ਪਰ ਜਿੰਨੇ ਅੱਜ ਬੁਲਾ ਰਿਹਾ ਹੈ, ਮੈਂ ਤਾਂ ਕੀ ਕੀਤਾ, ਕਿੰਨਾ ਧੰਨਵਾਦ ਕਰਾਂ। ਜਿਤਨੇ ਬੈਠੇ ਇੱਕ ਤੋਂ ਇੱਕ ਵੱਧ ਇਹਨਾਂ ਨੇ ਮੋਰ ਦੈਨ ਵਟ ਆਈ ਡਿਡ ਦੇ ਐਪਰੀਸ਼ੀਏਟਿਡ। ਦਰਜੀਤ ਜੀ ਨੇ ਹਮੇਸ਼ਾ ਚੈਨਲ 'ਤੇ ਬੜਾ ਕੁਛ ਦਿਖਾਇਆ, ਦਿਖਾਉਂਦੇ ਰਹਿੰਦੇ ਨੇ। ਮੋਦੀ ਜੀ ਨੇ ਇਸ ਉਮਰ 'ਚ ਆ ਕੇ ਮੈਨੂੰ ਪਦਮ ਭੂਸ਼ਣ ਦਿੱਤਾ, ਮੈਨੂੰ ਉਮੀਦ ਵੀ ਨਹੀਂ ਸੀ। ਘਰ ਬੈਠੇ ਟੀਵੀ 'ਤੇ ਬੋਲਿਆ, ਮੈਂ ਕਿਹਾ ਵਾਹ ਮੋਦੀ ਜੀ ਆਪਣੀ ਦੋਸਤੀ ਪਾ ਦਿੱਤੀ। ਸੋ ਇਹ ਬੜੀ ਰੱਬ ਦੀ ਕਿਰਪਾ ਹੈ ਕਿ ਮੇਰੀ ਝੋਲੀ ਭਰ ਕੇ ਰੱਬ ਨੇ। ਸੋ ਗੁਰੂ ਮਹਾਰਾਜ ਇੱਦਾਂ ਹੀ ਚੰਗੀ ਤਰ੍ਹਾਂ ਬਸ ਇਹ ਜੋ ਸੇਵਾ ਹੈ ਕਬੂਲ ਕਰੇ। ਡਾਕਟਰ ਸਰਬਜਿੰਦਰ ਸਿੰਘ, ਡੀਨ ਫੈਕਲਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋਫੈਸਰ ਕਰਮਜੀਤ ਸਿੰਘ, ਵਾਈਸ ਚਾਂਸਲਰ, ਜਗਤ ਗੁਰੂ ਨਾਨਕ ਦੇਵ, ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ, ਸੰਦੀਪ ਘੋਸ਼ ਸੰਪਾਦਕ ਆਊਟਲੁੱਕ, ਸੁਰੇਸ਼ ਕੁਮਾਰ IAS ਸੇਵਾ ਮੁਕਤ, ਰੁਪਿੰਦਰ ਸਿੰਘ ਸੀਨੀਅਰ ਐਸੋਸੀਏਟ ਐਡੀਟਰ ਸੇਵਾ ਮੁਕਤ ਦੀ ਟ੍ਰਿਬਿਊਨ ਅਤੇ ਲੇਖਕ ਡਾਕਟਰ ਪ੍ਰਭਲੀਨ ਸਿੰਘ ਨੇ ਵੀ ਸਰਦਾਰ ਤਰਲੋਚਨ ਸਿੰਘ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਉੱਤੇ ਝਾਨਣਾ ਪਾਇਆ ਅਤੇ ਉਹਨਾਂ ਨੂੰ ਸਿੱਖ ਧਰਮ ਦਾ ਵਿਸ਼ਵ ਕੋਸ਼ ਕਰਾਰ ਦਿੱਤਾ। ਇੱਕ ਇਹੋ ਜਿਹੇ ਇਨਸਾਨ ਜਿਨ੍ਹਾਂ ਨੇ 9 ਦਹਾਕੇ ਪ੍ਰੀ ਪਾਰਟੀਸ਼ਨ ਪੋਸਟ ਪਾਰਟੀਸ਼ਨ ਭਾਰਤ ਦੇ ਵਿੱਚ ਦੇਖੋ 4 ਹਿਸਟੋਰਿਕ ਜਿਹੜੇ ਨੇ ਇਵੈਂਟਸ ਹੋਏ ਨੇ, ਪਾਰਟੀਸ਼ਨ, ਉਸ ਤੋਂ ਪੰਜਾਬੀ ਸੂਬਾ, ਐਮਰਜੈਂਸੀ, 1984 ਦਾ ਬਲੂ ਸਟਾਰ ਓਪਰੇਸ਼ਨ। ਜੇ ਤੁਸੀਂ ਪੂਰੇ ਸੰਸਾਰ ਦੇ ਵਿੱਚ ਝਾਤ ਮਾਰੋ ਤਾਂ ਅੱਜ ਦੀ ਡੇਟ 'ਚ ਕੁਝ ਕੁ ਲੋਕ ਨੇ ਉਂਗਲਾਂ 'ਤੇ ਜਿਹੜੇ ਗਿਣੇ ਜਾ ਸਕਦੇ ਨੇ ਜਿਨ੍ਹਾਂ ਨੇ ਸਾਰੇ ਆਪਣੇ ਹੰਡਾਏ ਨੇ ਔਰ ਉਸ ਪੋਜੀਸ਼ਨਸ 'ਤੇ ਰਹਿ ਕੇ ਹੰਡਾਏ ਨੇ ਜਿੱਥੇ ਉਹਨਾਂ ਨੇ ਬੜਾ ਵੱਡਾ ਰੋਲ ਪਲੇਅ ਕੀਤਾ ਔਰ ਬਹੁਤ ਵੱਡੇ ਵੱਡੇ ਨੁਕਸਾਨ ਉਹਨਾਂ ਬਚਾਇਆ। ਅਤੇ ਉਹ ਸਰਦਾਰ ਤਰਲੋਚਨ ਸਿੰਘ ਜੀ ਨੇ ਜਿਨ੍ਹਾਂ ਨੇ 1947 ਦੇ ਵਿੱਚ ਪਾਰਟੀਸ਼ਨ ਤੋਂ ਬਾਅਦ ਭਾਰਤ ਦੇ ਵਿੱਚ ਆਏ, ਬਿਲਕੁਲ ਸਭ ਕੁਝ ਗਵਾ ਕੇ ਪਟਿਆਲਾ ਦੇ ਵਿੱਚ ਆਏ ਜਿੱਥੇ ਉਹਨਾਂ ਕੋਲ ਲੇਬਰ 'ਤੇ ਕੰਮ, ਇੱਕ ਸਾਲ ਲੇਬਰ ਦਾ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਉਹਨਾਂ ਦੀ ਸਾਰੀ ਫੈਮਿਲੀ ਜਿਹੜੀ ਹੈ ਇੱਕ ਸਾਲ ਜਦੋਂ ਰਿਸਰਚ ਕੀਤੀ ਤਾਂ ਪਤਾ ਚੱਲਿਆ ਗਰਾਜ ਦੇ ਵਿੱਚ ਰਹਿ ਕੇ ਉਹਨਾਂ ਨੇ ਸਰਵਾਈਵਲ ਕੀਤਾ। ਤੁਸੀਂ ਦੇਖੋ, ਹੀ ਸਟਾਰਟਡ ਹਿਸ ਜਰਨੀ ਐਜ਼ ਅ ਲੇਬਰਰ ਐਂਡ ਹੀ ਰੋਜ਼ ਅਪ ਟੂ ਦਾ ਲੈਵਲ ਆਫ ਰਾਸ਼ਟਰਪਤੀ ਭਵਨ ਦੇ ਵਿੱਚ ਜਾ ਕੇ ਉਹਨਾਂ ਨੇ ਉਸ ਪੋਜੀਸ਼ਨ ਨੂੰ ਹਾਸਲ ਕੀਤਾ। MP ਰਾਜ ਸਭਾ ਰਹੇ, ਚੇਅਰਮੈਨ ਮਨੋਰਟੀ ਕਮਿਸ਼ਨ, ਵਾਈਸ ਚੇਅਰਮੈਨ ਮਨੋਰਟੀ ਕਮਿਸ਼ਨ, ਮੈਂਬਰ ਹਿਊਮਨ ਰਾਈਟ ਕਮਿਸ਼ਨ। ਆਈ ਸਟਾਰਟਡ ਕਲੈਕਟਿੰਗ ਡਾਕੂਮੈਂਟਸ ਫਰੋਮ ਪਾਰਲੀਮੈਂਟ, ਫਰੋਮ ਮਨੋਰਟੀ ਕਮਿਸ਼ਨ, ਫਰੋਮ ਮਾਰਕਫੈਡ, ਪੰਜਾਬ ਟੂਰਿਜ਼ਮ, ਸਾਰੇ ਡਿਪਾਰਟਮੈਂਟਸ ਤੋਂ ਜਦੋਂ ਮੈਂ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ। ਆਈ ਰਿਕੁਐਸਟਡ 8 ਪ੍ਰੋਮੀਨੈਂਟ ਰਾਈਟਰਸ ਜਿਨ੍ਹਾਂ ਦਾ ਵਰਲਡ ਵਾਈਡ ਨਾਮ ਹੈ ਕਿ ਉਹ ਆਪਣੇ ਆਰਟੀਕਲਸ ਭੇਜਣ। ਉਹਨਾਂ ਨੇ ਆਰਟੀਕਲਸ ਭੇਜਿਆ ਅਤੇ ਜਦੋਂ ਕਿਤਾਬ ਤਿਆਰ ਹੋ ਗਈ ਤਾਂ ਡਾਕਟਰ SP ਸਿੰਘ ਓਬਰਾਏ, ਮੈਂ ਜਦੋਂ ਉਹਨਾਂ ਨੂੰ ਪਟਿਆਲੇ ਮਿਲਿਆ, ਉਹਨਾਂ ਨੂੰ ਦੱਸਿਆ ਵੀ ਮੈਂ ਇੱਦਾਂ ਦੀ ਇੱਕ ਕਿਤਾਬ ਤਿਆਰ ਕੀਤੀ ਹੈ ਵਿਚ ਇਜ਼ ਨਾਈਦਰ ਬਾਇਓਗ੍ਰਾਫੀ ਨੋਰ ਇਟ ਇਜ਼ ਐਨ ਆਟੋਗ੍ਰਾਫੀ, ਇਟ ਇਜ਼ ਅ ਯੂਨੀਕ ਪਬਲੀਕੇਸ਼ਨ, ਮਿੰਨੀ ਆਰਕਾਈਵ ਆਈ ਕੈਨ ਸੇ, ਜਿਹੜੀ ਕਿ ਜੇ ਕੋਈ ਵੀ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਹਿਸਟਰੀ 'ਚ ਕੰਮ ਕਰਨਾ ਚਾਹੁਣ ਤਾਂ ਇਹ ਕਿਤਾਬ ਜਿਹੜੀ ਆ ਉਹਨਾਂ ਲਈ ਇੱਕ ਬੜੀ ਵਧੀਆ ਗਨੀਮਤ ਸਾਬਤ ਹੋਏਗੀ। ਜਦੋਂ ਮੈਂ ਓਬਰਾਏ ਸਾਹਿਬ ਨੂੰ ਕਿਤਾਬ ਬਾਰੇ ਦੱਸਿਆ ਤਾਂ ਓਬਰਾਏ ਸਾਹਿਬ ਨੇ ਇਮੀਡੀਏਟਲੀ ਕਿਹਾ ਕਿ ਤੁਸੀਂ ਰਾਜੂ ਜੀ ਨੂੰ ਮੈਸੇਜ ਕਰ ਦਿਓ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਹੜਾ ਇਸ ਬੁੱਕ ਨੂੰ ਪਬਲਿਸ਼ ਕਰੇਗਾ,
ਨਾ ਸਿਰਫ ਪਬਲਿਸ਼ ਕਰੇਗਾ, ਪੂਰੀ ਦੁਨੀਆਂ ਦੇ ਵਿੱਚ ਇਹਨੂੰ ਫ੍ਰੀ ਆਫ ਕੋਸਟ ਵੰਡੇਗਾ ਵੀ। ਔਰ ਅੱਜ ਦਾ ਵੀ ਜਿਹੜਾ ਪ੍ਰੋਗਰਾਮ ਹੈ ਉਹ ਸਾਰਾ ਡਾਕਟਰ ਐਚ ਪੀ ਸਿੰਘ ਓਬਰਾਏ ਜੀ ਦੀ ਰਹਿਨੁਮਾਈ ਦੇ ਵਿੱਚ ਹੋ ਰਿਹਾ। ਦੇਖੋ, ਦੋ ਸਿੱਖ ਨੇ ਪੂਰੇ ਸੰਸਾਰ ਦੇ ਵਿੱਚ, ਡਾਕਟਰ ਐਚ ਪੀ ਸਿੰਘ ਓਬਰਾਏ ਅਤੇ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ, ਜਿਹੜੇ ਕਿ ਸਾਇਲੈਂਟਲੀ ਫਿਲੈਂਥਰੋਪੀ ਦਾ ਕੰਮ ਕਰਦੇ ਨੇ। ਔਰ ਜੇ ਇਹਨਾਂ ਦਾ ਕਿਤੇ ਨਾਮ ਲੈ ਵੀ ਦਈਏ ਤਾਂ ਨਰਾਜ਼ ਹੋ ਜਾਂਦੇ ਨੇ ਵੀ ਤੁਸੀਂ ਸਾਡਾ ਨਾਮ ਕਿਉਂ ਲਿਆ। ਤਾਂ ਮੈਂ ਇਹਨਾਂ ਨੂੰ ਵੀ ਬੜਾ ਥੈਂਕਸ ਕਰਦਾ ਵੀ ਓਬਰਾਏ ਸਾਹਿਬ, ਤੁਸੀਂ ਜਿਹੜਾ ਇਸ ਕਿਤਾਬ ਨੂੰ ਪਬਲਿਸ਼ ਕੀਤਾ। ਡਾਕਟਰ ਕਰਮਜੀਤ ਸਿੰਘ ਜੀ ਸਾਡੇ ਬੜੇ ਅੱਛੇ ਦੋਸਤ ਮੈਂਟਰ ਨੇ, ਹੀ ਵਾਜ਼ ਕਾਈਂਡ ਇਨਫ ਟੂ ਗਿਵ ਹਿਸ ਪ੍ਰੀਫੇਸ ਫੋਰਵਰਡ ਫੋਰ ਦਾ ਬੁੱਕ, ਮੈਂ ਉਹਨਾਂ ਦਾ ਵੀ ਥੈਂਕਸ ਕਰਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਐਸ ਪੀ ਸਿੰਘ ਬੁਰਾਏ, ਸਿਆਸਤਦਾਨ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੇ, ਚੜ੍ਹਦੀ ਕਲਾ ਟਾਈਮ ਟੀ ਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੇ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਸਾਬਕਾ ਵਿਧਾਇਕ ਕੰਵਰ ਸੰਧੂ ਅਤੇ ਹੋਰ ਵੱਖ ਵੱਖ ਸ਼ਖਸੀਅਤਾਂ ਹਾਜ਼ਰ ਸਨ। ਮੈਂ ਸਿਰਫ ਇਹ ਦੱਸਣਾ ਚਾਹਾਂਗਾ ਕਿ ਇਹ ਕਿਤਾਬ ਟਰੱਸਟ ਵੱਲੋਂ ਕਿਉਂ ਛਾਪੀ ਗਈ। ਜਦੋਂ ਪ੍ਰਭਲਿਨ ਜੀ ਨੇ ਮੈਨੂੰ ਬੁੱਕ ਦਿਖਾਈ, ਦੱਸੀ ਮੈਨੂੰ, ਫਿਰ ਸਾਡੀ ਜਿਹੜੀ ਪਬਲੀਕੇਸ਼ਨ ਬਿਊਰੋ, ਸਾਡੀ ਟੀਮ ਜਿਹੜੀ ਹੈ, ਉਹਨਾਂ ਨੇ ਕਿਤਾਬ ਦੇ ਥਰੂ ਗਏ ਉਹ, ਅਤੇ ਇਹਨਾਂ ਦੀਆਂ ਪ੍ਰਾਪਤੀਆਂ ਜੋ ਕਿ ਬਹੁਤ ਜ਼ਿਆਦਾ ਨੇ, ਬੜੇ ਬੜੇ ਅਹੁਦਿਆਂ 'ਤੇ ਰਹੇ ਨੇ ਇਹ। ਔਰ ਸਭ ਤੋਂ ਜਿਹੜੀ ਮੇਨ ਚੀਜ਼ ਸੀ ਕਿ ਸਿੱਖਾਂ ਦੇ ਮਸਲੇ ਜਾਂ ਪੰਜਾਬੀਆਂ ਦੇ ਜਾਂ ਪੰਜਾਬ ਦੇ ਮਸਲੇ ਜਿਹੜੇ ਉਹਨਾਂ ਨੇ ਪਾਰਲੀਮੈਂਟ 'ਚ ਉਠਾਏ, ਉਹ ਬਹੁਤ ਸ਼ਲਾਘਾਯੋਗ ਨੇ। ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆ ਇਹ ਫੈਸਲਾ ਕੀਤਾ ਗਿਆ ਸੀ, ਇਹ ਬੁੱਕ ਛਪਾਈ ਜਾਏਗੀ ਔਰ ਫ੍ਰੀ ਡਿਸਟ੍ਰੀਬਿਊਸ਼ਨ ਹੋਏਗੀ ਇਹਦੀ। ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਕੁਝ ਨੌਜਵਾਨਾਂ ਵੱਲੋਂ ਲੰਗਰ ਵੰਡਿਆ ਜਾ ਰਿਹਾ ਸੀ। ਉਸ ਦੌਰਾਨ ਪੁਲਿਸ ਮੁਲਾਜ਼ਮ ਉਸ ਜਗ੍ਹਾ 'ਤੇ ਪਹੁੰਚ ਗਏ ਅਤੇ ਉਹਨਾਂ ਲੰਗਰ ਵੰਡ ਰਹੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜਦੋਂ ਨੌਜਵਾਨ ਵੱਲੋਂ ਨੇਕ ਕੰਮ ਕਰਨ ਤੋਂ ਰੋਕਣ ਲਈ ਵਿਰੋਧ ਕੀਤਾ ਗਿਆ ਤਾਂ ਲੰਗਰ ਛਕਣ ਵਾਲਿਆਂ ਨੂੰ ਪੁਲਿਸ ਨੇ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਇਹ ਸਾਰੀ ਘਟਨਾ ਕਿਸੇ ਨੇ ਮੋਬਾਈਲ ਫੋਨ ਵਿੱਚ ਰਿਕਾਰਡ ਕੀਤੀ ਅਤੇ ਇਸ ਦੀ ਵੀਡੀਓ ਇੰਟਰਨੈਟ ਉੱਤੇ ਚਾੜ ਦਿੱਤੀ, ਜੋ ਕਿ ਹੁਣ ਸੋਸ਼ਲ ਮੀਡੀਆ ਉੱਤੇ ਧੜੱਲੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋਈ ਇਸ ਵੀਡੀਓ ਦੇ ਸੰਬੰਧ ਵਿੱਚ ਨੌਜਵਾਨ ਇਹ ਵੀ ਕਹਿੰਦੇ ਨਜ਼ਰ ਆਏ ਕਿ ਪਿਛਲੇ 8 ਸਾਲਾਂ ਤੋਂ ਉਹ ਇਹ ਲੰਗਰ ਸੇਵਾ ਕਰਦੇ ਆ ਰਹੇ ਨੇ ਅਤੇ ਇੱਕਦਮ ਤੋਂ ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਉਹਨਾਂ ਤੋਂ ਕੀ ਤਕਲੀਫ਼ ਪਹੁੰਚੀ ਹੈ। ਉੱਧਰ ਹਸਪਤਾਲ ਪ੍ਰਸ਼ਾਸਨ ਨੇ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਲੰਗਰ ਵਰਤਾਉਣ ਦੇ ਨੇਕ ਕਾਰਜ ਲਈ ਰਜਿੰਦਰ ਹਸਪਤਾਲ ਦੇ ਵੱਲੋਂ ਇੱਕ ਥਾਂ ਪੱਕੀ ਕੀਤੀ ਗਈ ਹੈ। ਇਸ ਥਾਂ ਉੱਤੇ ਜਾ ਕੇ ਲੰਗਰ ਵਰਤਾਇਆ ਜਾ ਸਕਦਾ ਹੈ, ਜਿੱਥੇ ਖਾਣ ਵਾਲੇ ਨੂੰ ਅਤੇ ਵੰਡਣ ਵਾਲੇ ਨੂੰ ਵੀ ਆਸਾਨੀ ਹੁੰਦੀ ਹੈ। ਉਹਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਰਜਿੰਦਰ ਹਸਪਤਾਲ ਦੀ ਓਪੀਡੀ ਦੇ ਬਾਹਰ ਲੰਗਰ ਲਗਾਇਆ ਗਿਆ, ਜਿਸ ਨਾਲ ਓਪੀਡੀ ਦੇ ਵਿੱਚ ਜਾਣ ਵਾਲੇ ਮਰੀਜ਼ਾਂ ਨੂੰ ਜਾਂ ਕੋਈ ਐਮਰਜੈਂਸੀ ਦੇ ਵਿੱਚ ਆਉਣ ਵਾਲੀ ਗੱਡੀ ਨੂੰ ਮੁਸ਼ਕਲ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਹੀ ਨੌਜਵਾਨ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰ ਮੰਚ ਪਟਿਆਲਾ ਵੱਲੋਂ ਸਰਬੰਸਦਾਨੀ ਸਾਹਿਬ ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਚਿੰਤਨ ਦਿਵਸ ਦੇ ਅਵਸਰ ਉੱਤੇ ਪੰਜਾਬ ਦੇ ਨੈਤਿਕ ਨਿਘਾਰ ਦਾ ਮੁੱਖ ਕਾਰਨ ਪ੍ਰਵਾਸ ਦੇ ਵਿਸ਼ੇ ਉੱਤੇ ਸੈਮੀਨਾਰ ਭਾਸ਼ਾ ਭਵਨ ਵਿੱਚ ਕਟਵਾਇਆ ਗਿਆ, ਜਿਸ ਦੀ ਪ੍ਰਧਾਨਗੀ ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ ਨੇ ਕੀਤੀ। ਪਟਿਆਲਾ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਡਾਕਟਰ ਤੇਜਵੰਤ ਮਾਨ, ਸਾਹਿਤ ਰਤਨ ਸਰਦਾਰ ਰਛਪਾਲ ਸਿੰਘ ਗਿੱਲ, ਡਾਕਟਰ ਭੀਮੇਂਦਰ ਸਿੰਘ, ਸ੍ਰੀ 108 ਮਹਾਮੰਡਲੇਸ਼ਵਰ ਡਾਕਟਰ ਸਵਾਮੀ ਈਸ਼ਵਰਦਾਸ ਸਿੰਘ ਮੌਜੂਦ ਰਹੇ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਫੈਸਰ ਬਾਵਾ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰ ਸੇਖੋਂ ਦੀ ਪ੍ਰਧਾਨ ਹਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ ਅਤੇ ਪ੍ਰਿੰਸੀਪਲ ਗੁਰਮੀਤ ਭਲਾਹੀ ਅਤੇ ਹੋਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ ਵੱਖ ਵਿਦਵਾਨਾਂ ਨੇ ਪ੍ਰਵਾਸ ਕਾਰਨ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਆਏ ਨਿਗਾਰ ਉੱਤੇ ਚਰਚਾ ਕੀਤੀ ਹੈ। ਦੇਖੋ ਜੀ, ਅੱਜ ਦੇ ਜਿਹੜਾ ਅੱਜ ਦਾ ਇਹ ਸਮਾਗਮ ਹੈ, ਉਹਦੇ ਵਿੱਚ ਜਿਹੜਾ ਵਿਸ਼ਾ ਰੱਖਿਆ ਗਿਆ ਉਹ ਹੈ ਕਿ ਪੰਜਾਬ ਦੇ ਨੈਤਿਕ ਨਿਗਾਰ ਦਾ ਮੁੱਖ ਕਾਰਨ ਪ੍ਰਵਾਸ, ਕਿ
ਅੱਜ ਜੋ ਪੰਜਾਬ ਦਾ ਪ੍ਰਵਾਸ ਸਾਡੇ ਜਿਹੜੀ ਮੁੱਖ ਸਮੱਸਿਆ ਔਰ ਮੁੱਖ ਚੁਣੌਤੀ ਬਣ ਗਿਆ ਪੰਜਾਬ ਲਈ ਅਤੇ ਪੰਜਾਬੀਆਂ ਲਈ। ਤੋ ਇਹਦੇ ਨਾਲ ਇਹ ਹੈ ਕਿ ਪੰਜਾਬ ਦੇ ਵਿੱਚੋਂ ਸਾਰੇ ਪੰਜਾਬ ਦੇ ਵਸੀਲੇ ਜਿਹੜੇ ਨੇ ਬਾਹਰ ਜਾ ਰਹੇ ਨੇ, ਸਾਡਾ ਮਨੁੱਖੀ ਵਸੀਲਾ ਵੀ ਬਾਹਰ ਜਾ ਰਿਹਾ, ਸਾਡਾ ਬੌਧਿਕ ਵਸੀਲਾ ਵੀ ਬਾਹਰ ਜਾ ਰਿਹਾ, ਔਰ ਸਾਡਾ ਸਰਮਾਇਆ ਵੀ ਬਾਹਰ ਜਾ ਰਿਹਾ। ਇਹ ਤਿੰਨੇ ਜਿਹੜੇ ਨੇ ਵਸੀਲੇ ਕਿਸੇ ਸਮਾਜ ਦੀ ਜਿਹੜੀ ਉੱਨਤੀ ਲਈ ਜ਼ਰੂਰੀ ਨੇ। ਤੋ ਤਿੰਨੇ ਹੀ ਸਾਡੇ ਅੱਜ ਇਹ ਪ੍ਰਵਾਸ ਜਿਹੜਾ, ਤੋ ਇੱਕ ਜਿਹੜਾ ਪ੍ਰਵਾਸ ਹੈ ਜਿਹੜਾ ਅੱਜ ਦਾ, ਇਸ ਨੂੰ ਉਜਾੜਾ ਕਹਿਣਾ ਜ਼ਿਆਦਾ ਉਚਿਤ ਹੈ। ਤੋ ਇਹ ਪੰਜਾਬ ਨੂੰ ਬਰਬਾਦੀ ਵੱਲ ਲਿਜਾ ਰਿਹਾ। ਤੋ ਉਹਦੇ ਬਾਰੇ ਚਿੰਤਾ ਜਿਹੜੀ ਹੈ ਅਸੀਂ ਜ਼ਾਹਰ ਕਰਨ ਲਈ ਅੱਜ ਇਕੱਠੇ ਹੋਏ ਹਾਂ। ਤੋ ਉਹਦੇ ਵਿੱਚ ਇੱਕ ਗੱਲ ਇਹ ਆਉਂਦੀ ਹੈ ਕਿ ਕਈ ਤਰ੍ਹਾਂ ਜਿਹੜਾ ਪੰਜਾਬ ਦਾ ਪ੍ਰਵਾਸ ਨੁਕਸਾਨ ਕਰ ਰਿਹਾ ਕਿ ਸਾਡੀ ਜਿਹੜੀ ਵਸੋਂ ਹੈ ਉਸ ਨੂੰ ਬੜੀ ਤੇਜ਼ੀ ਨਾਲ ਬਦਲ ਰਿਹਾ। ਤੋ ਜਦੋਂ ਵਸੋਂ ਇੱਦਾਂ ਤੇਜ਼ੀ ਨਾਲ ਬਦਲਦੀ ਹੈ ਤਾਂ ਸਮਾਜਿਕ ਅਸਥਿਰਤਾ ਪੈ ਜਾਂਦੀ ਹੈ, ਸੋਸ਼ਲ ਇਨਸਟੇਬਿਲਿਟੀ ਹੋ ਜਾਂਦੀ ਹੈ। ਤੋ ਉਹ ਕਿਸੇ ਵੀ ਚੀਜ਼ ਲਈ ਘਾਤਕ ਹੁੰਦੀ ਹੈ। ਪਰ ਸਭ ਤੋਂ ਜਿਹੜਾ ਵੱਡਾ ਨੁਕਸਾਨ ਇਹ ਹੈ ਕਿ ਪ੍ਰਵਾਸ ਨੇ ਸਾਡੀ ਨੈਤਿਕਤਾ ਦਾ ਘਾਣ ਕਰਤਾ ਹੈ, ਵੀ ਸਾਡੀਆਂ ਕਦਰਾਂ ਕੀਮਤਾਂ ਨੂੰ ਬਰਬਾਦ ਕਰਤਾ ਹੈ। ਇਹਦਾ ਮਕਸਦ ਹੈ ਪੰਜਾਬ ਦੇ ਨੈਤਿਕ ਨਿਗਾਰ ਦਾ ਪ੍ਰਮੁੱਖ ਜ਼ਿੰਮੇਵਾਰ ਪ੍ਰਵਾਸ। ਪ੍ਰਵਾਸ ਦੇ ਸੰਦਰਭ ਦੇ ਵਿੱਚ ਅਸੀਂ ਇਹ ਸੈਮੀਨਾਰ ਕਰਾਇਆ। ਇਹ ਸੈਮੀਨਾਰ ਅਸੀਂ ਪਿਛਲੇ 8 ਸਾਲਾਂ ਤੋਂ ਅਸੀਂ ਵੱਖੋ ਵੱਖਰੇ ਵਿਸ਼ਿਆਂ ਦੇ ਉੱਪਰ ਕਰਾਉਂਦੇ ਰਹੇ ਹਾਂ। ਡਾਕਟਰ ਸਵਰਾਜ ਸਿੰਘ ਜੀ ਵਿਸ਼ਵ ਚਿੰਤਕ, ਜਿਨ੍ਹਾਂ ਦਾ ਜਨਮ ਦਿਨ ਹੈ, ਉਸ ਦਿਨ 5 ਜਨਵਰੀ ਨੂੰ ਅਸੀਂ ਪਿਛਲੇ 8 ਸਾਲਾਂ ਤੋਂ ਲਗਾਤਾਰ ਕਰ ਰਹੇ ਹਾਂ। ਕਦੇ ਨਾਰੀ ਸ਼ਕਤੀ ਬਾਰੇ, ਪ੍ਰਵਾਸ ਬਾਰੇ, ਪੰਜਾਬ ਦੇ ਬੌਧਿਕ ਨਿਘਾਰ ਬਾਰੇ, ਇਸ ਤਰ੍ਹਾਂ ਦੇ ਵੱਖੋ ਵੱਖਰੇ ਵਿਸ਼ੇ ਹੁੰਦੇ ਨੇ। ਅੱਜ ਦਾ ਜੋ ਮੁੱਖ ਵਿਸ਼ਾ ਹੈਗਾ ਨੈਤਿਕ ਨਿਘਾਰ ਦੇ ਲਈ ਪ੍ਰਵਾਸ ਜ਼ਿੰਮੇਵਾਰ ਹੈ, ਕਿਉਂਕਿ ਪੰਜਾਬ ਦੇ ਵਿੱਚ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਔਰ ਧਾਰਮਿਕ ਤੌਰ 'ਤੇ ਬਹੁਤ ਹੀ ਵੱਡਾ ਨਿਘਾਰ ਦੇ ਵਿੱਚੋਂ ਦੀ ਲੰਘ ਰਿਹਾ ਪੰਜਾਬ। ਪੰਜਾਬ ਦੀਆਂ ਜਿਹੜੀਆਂ ਪ੍ਰਸਥਿਤੀਆਂ ਨੇਗੀਆਂ, ਰਿਸ਼ਤੇ ਨਾਤਿਆਂ ਦੇ ਵਿੱਚ ਨਿਘਾਰ ਆ ਰਿਹਾ। ਬੇਸ਼ੱਕ ਬਾਹਰੋਂ ਬਹੁਤ ਸਾਰੇ ਸਾਧਨ ਬਾਹਰਲੇ ਲੈ ਕੇ ਆ ਰਹੇ ਨੇ, ਪਰੰਤੂ ਉਹਦੇ ਨਾਲ ਨਾਲ ਜਿਹੜੀਆਂ ਅਲਾਮਤਾਂ ਆ ਰਹੀਆਂ ਨੇ, ਸਾਡੇ ਰਿਸ਼ਤੇ ਟੁੱਟ ਰਹੇ ਨੇ, ਸਾਡੇ ਸਮਾਜਿਕ ਰਿਸ਼ਤੇ ਟੁੱਟ ਰਹੇ ਨੇ, ਸਾਡੇ ਧਾਰਮਿਕ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਦੇ ਉੱਪਰੋਂ ਲੋਕਾਂ ਦਾ ਵਿਸ਼ਵਾਸ ਕਿਉਂ ਉੱਠ ਰਿਹਾ? ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਸਾਡੇ ਰਾਜਨੀਤੀ ਨੇਤਾਵਾਂ ਨੇ, ਸਾਡੇ ਧਾਰਮਿਕ ਅਹੁਦਿਆਂ ਦੇ ਉੱਪਰ ਬੈਠੇ ਹੋਏ ਨੇਤਾਵਾਂ ਨੇ ਇਸ ਤਰ੍ਹਾਂ ਦੀਆਂ ਕਾਰਜ ਕੀਤੇ, ਜਿਨ੍ਹਾਂ ਦੇ ਕਾਰਨ ਲੋਕਾਂ ਦਾ ਵਿਸ਼ਵਾਸ ਉੱਠਣ ਲੱਗ ਗਿਆ। ਕਿਉਂਕਿ ਪੰਜਾਬ ਹਿੰਦੁਸਤਾਨ ਦੀ ਖੜਗ ਭੁਜਾ ਹੈ, ਇੱਥੇ ਤਾਂ ਲਗਾਤਾਰ ਇੱਥੋਂ ਦੇ ਸੂਰਬੀਰ ਯੋਧੇ, ਧਰਮੀ ਕਰਮੀ ਅਤੇ ਇੱਥੋਂ ਦੀ ਭੂਮੀ ਦੇ ਉੱਪਰ ਹੀ ਵੇਦ ਉਪਨਿਸ਼ਦ ਰਚੇ ਗਏ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਇਸ ਧਰਤੀ ਦੇ ਉੱਪਰ ਹੋਈ ਸੀ। ਇੱਥੋਂ ਦਾ ਜਿਹੜਾ ਬੌਧਿਕ ਵਿਕਾਸ ਤਾਂ ਬਹੁਤ ਉੱਪਰ ਸੀਗਾ। ਇੱਥੋਂ ਦੀ ਜਿਹੜੀ ਗੁਰੂ ਨਾਨਕ ਦੇਵ ਜੀ ਜਿਹੜੀ ਧਾਰਨਾ ਅਤੇ ਜਿਹੜਾ ਸੰਕਲਪ ਸੀਗਾ, ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਸੰਕਲਪ, ਉਸ ਤੋਂ ਟੁੱਟ ਚੁੱਕੇ ਨੇ ਲੋਕ, ਕਿਰਤ ਤੋਂ ਤੋੜ ਦਿੱਤੇ ਗਏ ਨੇ। ਇਸ ਤਰ੍ਹਾਂ ਦੇ ਨਿਘਾਰ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਹੀ ਨਿਘਾਰ ਆ ਰਿਹਾ ਅਤੇ ਪੰਜਾਬ ਦੀ ਆਪਸੀ ਰਿਸ਼ਤਿਆਂ ਦਾ ਘਾਣ ਹੋ ਰਿਹਾ। ਬੇਸ਼ੱਕ ਪਦਾਰਥ ਬੜੇ ਆ ਗਏ ਨੇ, ਬਹੁਤ ਕੁਛ ਆ ਗਿਆ, ਪਰੰਤੂ ਲੋਕਾਂ ਦੇ ਵਿੱਚ ਅਸ਼ਾਂਤੀ ਨਹੀਂ ਹੈ ਅਤੇ ਉਸ ਤਰ੍ਹਾਂ ਦਾ ਸਹਿਜ ਨਹੀਂ ਹੈ, ਸੰਯਮਤਾ ਨਹੀਂ ਹੈ, ਜਿਸ ਦੇ ਕਾਰਨ ਪੰਜਾਬ ਦੇ ਵਿੱਚ ਇਹ ਕਾਰਜ ਹੋ ਰਹੇ ਨੇ। ਅੱਜ ਡਾਕਟਰ ਸਵਰਾਜ ਸਿੰਘ ਜੀ ਦੇ ਜਨਮ ਦਿਵਸ ਨੂੰ ਅਸੀਂ ਮਨਾਉਣ ਦੇ ਲਈ ਜਿਹੜਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਇਹ ਸਮਰਪਿਤ ਕੀਤਾ ਗਿਆ ਅਤੇ ਇਸ ਸੈਮੀਨਾਰ ਦੇ ਵਿੱਚ ਵੱਡੇ ਵੱਡੇ ਵਿਦਵਾਨ ਪਹੁੰਚੇ ਨੇ ਅਤੇ ਵਿਚਾਰ ਚਰਚਾ ਅਸੀਂ ਇੱਕ ਸੰਵਾਦ ਦੀ ਜਿਹੜੀ ਪ੍ਰਪਾਟੀ ਆ ਉਸਨੂੰ ਹੋਰ ਅੱਗੇ ਤੋਰਿਆ ਹੈਗਾ। ਇਸ ਸੰਵਾਦ ਦੇ ਵਿੱਚੋਂ ਬਹੁਤ ਹੀ ਸਾਰਥਕ ਸਿੱਟੇ ਵੀ ਨਿਕਲਣਗੇ ਅਤੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਜਾਗਰੂਕਤਾ ਵੀ ਆਏਗੀ। ਡਾਕਟਰ ਸਵਰਾਜ ਸਿੰਘ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਨਿਘਾਰ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ, ਕੌਮੀ ਅਤੇ ਕੌਮਾਂਤਰੀ ਮਸਲਿਆਂ ਦੇ ਉੱਪਰ ਆਵਾਜ਼ ਉਠਾਉਂਦੇ ਰਹੇ ਨੇ, ਉਹਨਾਂ ਦੇ ਸੰਕਲਪਾਂ ਦੇ ਅਨੁਸਾਰ ਅਸੀਂ ਇਹ ਕਾਰਜ ਕਰ ਰਹੇ ਹਾਂ। ਅਤੇ ਅੱਜ ਦਾ ਜਿਹੜਾ ਸਮਾਗਮ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਸ਼ਲਾਘਾਯੋਗ ਹੈ।
ਗੜ੍ਹ ਸ਼ੰਕਰ ਦੇ ਕਸਬਾ ਸੈਲਾ ਖੁਰਦ ਦੇ 24 ਸਾਲਾ ਨੌਜਵਾਨ ਧੀਰਜ ਬੇਦੀ ਨੇ ਥਾਈਲੈਂਡ ਦੇ ਸ਼ਹਿਰ ਪਤਾਇਆ ਵਿਖੇ ਵਰਲਡ ਰਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 3 ਗੋਲਡ ਮੈਡਲ ਹਾਸਲ ਕਰਕੇ ਇਲਾਕੇ ਦਾ ਨਾਂ ਦੇਸ਼ ਵਿਦੇਸ਼ ਵਿੱਚ ਰੋਸ਼ਨ ਕੀਤਾ ਹੈ, ਜਿਸ ਦੇ ਕਾਰਨ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧੀਰਜ ਬੇਦੀ ਪੁੱਤਰ ਨੀਰਜ ਕੁਮਾਰ ਬੇਦੀ ਪਿੰਡ ਸੈਲਾ ਖੁਰਦ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਥਾਈਲੈਂਡ ਦੇ ਸ਼ਹਿਰ ਪਤਾਇਆ ਵਿੱਚ ਵਰਲਡ ਰਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 197 ਕਿਲੋ ਸਕੁੱਟ, 142 ਕਿਲੋ ਬੈਂਚ ਪ੍ਰੈਸ ਅਤੇ 240 ਕਿਲੋ ਦੀ ਡੈਡ ਲਿਫਟ ਲਗਾ ਕੇ 3 ਗੋਲਡ ਮੈਡਲ ਜਿੱਤੇ ਨੇ ਅਤੇ ਸਟਰੋਂਗਮੈਨ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਹੈ। ਧੀਰਜ ਬੇਦੀ ਨੇ ਦੱਸਿਆ ਕਿ ਮਾਰਚ 2024 ਵਿੱਚ ਹੋਣ ਵਾਲੀ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਜਰਮਨ ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਧੀਰਜ ਦੀ ਇਸ ਉਪਲਬਧੀ ਉੱਤੇ ਖੁਸ਼ੀ ਜ਼ਾਹਰ ਕੀਤੀ ਹੈ। ਮੈਂ ਪਿੰਡ ਸੈਲਾ ਖੁਰਦ ਰਹਿਣ ਵਾਲਾ ਹਾਂ, ਮੇਰੀ ਉਮਰ 24 ਸਾਲ ਹੈ। ਮੈਂ ਪਿਛਲੇ 4 ਸਾਲਾਂ ਤੋਂ ਪਾਵਰ ਲਿਫਟਿੰਗ ਗੇਮ ਨਾਲ ਜੁੜਿਆ ਹੋਇਆ ਹਾਂ। ਇਸ ਵਿੱਚ ਮੈਂ ਬਹੁਤ ਸਾਰੇ ਮੈਡਲ ਪ੍ਰਾਪਤ ਕੀਤੇ ਹਨ। ਇਸ ਦੀ ਸ਼ੁਰੂਆਤ ਮੈਂ ਮਾਲਪੁਰ ਤੋਂ ਆਲ ਇੰਡੀਆ ਡੈਡ ਲਿਫਟ ਚੈਂਪੀਅਨਸ਼ਿਪ ਤੋਂ ਸ਼ੁਰੂ ਕੀਤੀ, ਜਿਸ ਵਿੱਚ ਮੇਰਾ 3rd ਮੈਡਲ ਹੋਇਆ ਸੀ। ਇਸ ਤੋਂ ਬਾਅਦ ਮੈਂ ਲੁਧਿਆਣੇ ਵਿੱਚ WBC ਅੰਡਰ ਖੇਡਿਆ ਸੀਗਾ, ਉਸ ਵਿੱਚ ਵੀ ਮੇਰੇ 3 ਗੋਲਡ ਮੈਡਲ ਸੀ। ਉਸ ਤੋਂ ਇਲਾਵਾ ਮੈਂ ਗੁਜਰਾਤ, ਛੱਤੀਸਗੜ੍ਹ, ਬਿਲਾਈ, ਮਹਾਰਾਸ਼ਟਰ ਵਿੱਚ ਖੇਡ ਚੁੱਕਿਆ ਹਾਂ, ਜਿਸ ਵਿੱਚ ਮੇਰੇ ਕੋਲ ਟੋਟਲ ਨੈਸ਼ਨਲ ਦੇ 17 ਗੋਲਡ ਮੈਡਲ ਅਤੇ ਸਟੇਟ ਦੇ ਵਿੱਚ ਮੇਰੇ ਕੋਲ 29 ਗੋਲਡ ਮੈਡਲ ਨੇ ਅਤੇ ਮੇਰੇ ਕੋਲ 5 ਵਰਲਡ ਸਟਰੋਂਗਮੈਨ ਦੇ ਵਿੱਚ ਵੀ ਮੈਡਲ ਹਾਸਲ ਕੀਤੇ ਹੋਏ ਨੇ ਮੈਂ। ਅਤੇ ਪਿਛਲੇ 14-15-16 ਦਸੰਬਰ ਨੂੰ ਆਲ ਇੰਡੀਆ ਦੇ ਵਿੱਚ ਜੋ ਆਪਣੀ ਇੰਡੀਆ ਸਰਕਾਰ ਸ਼ੁਰੂ ਕਰਦੀ ਖੇਡ ਮੰਤਰਾਲੇ ਵਿੱਚ ਮੇਰੇ 3 ਗੋਲਡ ਮੈਡਲ ਸੀ। ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਥਾਈਲੈਂਡ ਵਾਸਤੇ, ਵਿੱਚ ਮੇਰੇ 3 ਗੋਲਡ ਮੈਡਲ ਸੀ ਅਤੇ ਇਹਦੇ ਵਿੱਚ ਮੈਂ 140 ਕਿਲੋ ਦੀ ਬੈਂਚ ਪ੍ਰੈਸ, 240 ਕਿਲੋ ਡੈਡ ਲਿਫਟ ਅਤੇ 197 ਕਿਲੋ ਸਕੈਟਰ ਲਗਾ ਕੇ 3 ਗੋਲਡ ਮੈਡਲ ਅਤੇ ਡੈਡ ਲਿਫਟ ਵਿੱਚ ਸਟਰੋਂਗਮੈਨ ਦਾ ਖਿਤਾਬ ਹਾਸਲ ਕੀਤਾ ਹੈ ਅਤੇ ਮੇਰੀ ਹੁਣ ਜਰਮਨ ਵਾਸਤੇ ਸਿਲੈਕਸ਼ਨ ਹੋਈ ਹੈ। ਮੇਰਾ ਬੇਟਾ ਧੀਰਜ ਬੇਦੀ ਥਾਈਲੈਂਡ ਵਿੱਚ ਜਿੱਤ ਗਿਆ ਜੀ, 3 ਗੋਲਡ ਮੈਡਲ ਲੈ ਗਿਆ ਜੀ, 1 ਸਟਰੋਂਗਮੈਨ ਦੀ ਟਰੋਫੀ ਲੈ ਗਿਆ ਜੀ, ਮੈਨੂੰ ਬਹੁਤ ਖੁਸ਼ੀ ਹੋਈ। ਟਾਂਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪਰਮਜੀਤ ਕੌਰ ਨਾਮੀ ਮਹਿਲਾ ਪਾਸੋਂ 20 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਉੱਤੇ ਮੁਕੱਦਮਾ ਦਰਜ ਕਰਕੇ ਹੋਰ ਵੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਉਹ ਕਿੱਥੋਂ ਲੈ ਕੇ ਆਉਂਦੀ ਹੈ ਅਤੇ ਉਸਨੇ ਕਿੱਥੇ ਸਪਲਾਈ ਕਰਨੀ ਸੀ। ਕਹਿੰਦੇ ਨੇ ਦਾਨ ਸੇਵਾ ਅਜਿਹੀ ਕਰੋ ਕਿ ਇੱਕ ਹੱਥ ਨਾਲ ਦਾਨ ਹੋਵੇ ਅਤੇ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ। ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜਿਹਾ ਹੀ ਕਰ ਰਹੇ ਨੇ। ਇਹਨਾਂ ਨੌਜਵਾਨ ਨੇ ਸੇਵਾ ਲਈ ਇੱਕ ਨਵਾਂ ਅਤੇ ਵੱਖਰਾ ਰਸਤਾ ਚੁਣਿਆ। ਇਹਨਾਂ ਨੌਜਵਾਨਾਂ ਦਾ ਟੋਲਾ ਕੜਾਕੇ ਦੀ ਠੰਡ ਵਿੱਚ ਦੇਰ ਰਾਤ ਚਿਹਰਿਆਂ ਉੱਤੇ ਮਖੌਟੇ ਪਾ ਕੇ ਸੜਕ ਕਿਨਾਰੇ ਬੈਠੇ ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰਨ ਲਈ ਲੱਗ ਪਿਆ ਹੈ। ਇਹ ਨੌਜਵਾਨ ਠੰਡ ਦੇ ਮਾਰੇ ਸੜਕਾਂ 'ਤੇ ਬੈਠੇ ਲੋੜਵੰਦਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਗਰਮ ਜੁਰਾਬਾਂ, ਬੂਟ ਅਤੇ ਗਰਮ ਕੱਪੜੇ ਵੰਡਦੇ ਨੇ। 7-8 ਨੌਜਵਾਨਾਂ ਦਾ ਇਹ ਟੋਲਾ ਦੇਰ ਰਾਤ ਨੂੰ ਸੜਕਾਂ 'ਤੇ ਨਿਕਲਦਾ ਅਤੇ ਲੋੜਵੰਦਾਂ ਨੂੰ ਲੱਭ ਕੇ ਉਹਨਾਂ ਦੀ ਜ਼ਰੂਰਤ ਦਾ ਸਮਾਨ ਉਹਨਾਂ ਨੂੰ ਮੁਹੱਈਆ ਕਰਵਾਉਂਦਾ ਹੈ। ਮਖੌਟੇ ਭਾਈ ਇਸ ਲਈ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ। ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਹਾਂ, ਇਸ ਕਰਕੇ ਮਖੌਟੇ ਪਾਏ। ਆਪਾਂ ਸ਼ੂਜ਼ ਦਿੱਤੇ ਜਾਂਦੇ, ਜਰਾਬਾਂ ਦਿੱਤੀਆਂ ਜਾਂਦੀਆਂ, ਗਰਮ ਬੱਚਿਆਂ ਨੂੰ ਦਿੱਤੇ ਜਾਂਦੇ। ਹਾਂਜੀ ਹਾਂਜੀ ਭਾਈ, ਪੂਰੇ ਲਾਭ ਲੱਭੀ ਦਾ ਜੀ, ਜਿੱਥੇ ਸਾਨੂੰ ਪਤਾ ਹੁੰਦਾ ਜਿੱਥੇ ਬੰਦੇ ਨੂੰ ਲੋੜ ਆ ਫਿਰ ਉੱਥੇ ਆਪ ਜਾਈਦਾ, ਜਿਵੇਂ ਆਪਾਂ ਵੇਖ ਲੈਂਦੇ ਹਾਂ ਕਿੱਥੇ ਜ਼ਿਆਦਾ ਲੋੜ ਆ ਕਿੱਥੇ ਭੀੜ ਆ। ਅਕਸਰ ਵੇਖਣ ਨੂੰ ਮਿਲਦਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਤੇ ਕਈ ਵਾਰ ਬੱਚੇ ਵੀ ਨੋਚੇ ਜਾਂਦੇ ਨੇ। ਬਟਾਲਾ ਵਿੱਚ ਵੀ ਇਹਨੇ ਦਿਨੀ ਅਵਾਰਾ ਕੁੱਤਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੇ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਨੇ। ਸਿਵਲ ਹਸਪਤਾਲ ਬਟਾਲਾ ਦੇ ਰਿਕਾਰਡ ਮੁਤਾਬਿਕ ਪਿਛਲੇ 3 ਦਿਨਾਂ ਵਿੱਚ ਹੁਣ ਤੱਕ 50 ਦੇ ਕਰੀਬ ਅਜਿਹੇ ਮਰੀਜ਼ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਅਵਾਰਾ ਕੁੱਤਿਆਂ ਨੇ ਵੱਢ ਲਿਆ ਸੀ।
ਅੰਮ੍ਰਿਤਸਰ ਦੇ ਮਾਲ ਰੋਡ ਉੱਤੇ ਸਥਿਤ ਜਿੰਮ ਦੇ ਬਾਹਰ ਚਾਰ ਅਣਪਛਾਤੇ ਨੌਜਵਾਨ ਨੇ ਇੱਕ ਨੌਜਵਾਨ ਉੱਤੇ ਹਮਲਾ ਕਰ ਦਿੱਤਾ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਨੌਜਵਾਨ ਜਿੰਮ ਜਾਣ ਲਈ ਉਸ ਦੀਆਂ ਪੌੜੀਆਂ 'ਤੇ ਚੜ੍ਹ ਰਿਹਾ ਸੀ। ਨੌਜਵਾਨ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ, ਹਾਲਾਂਕਿ ਉਹ ਕਾਫ਼ੀ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਏ ਗਏ। ਫਿਲਹਾਲ ਪੁਲਿਸ ਪੀੜਤ ਦੇ ਬਿਆਨਾਂ ਉੱਤੇ ਕਾਰਵਾਈ ਕਰ ਰਹੀ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇੱਕ ਲਖਨ ਘਨੌਟ ਨਾਮ ਦਾ ਜਿਹੜਾ ਹੈਗਾ ਹੈ 30 ਸਾਲ ਦਾ ਇੱਕ ਯੁਵਕ ਹੈਗਾ ਜੋ ਹੈਮਰ ਨਾਮ ਦੇ ਜਿੰਮ ਦੇ ਵਿੱਚ ਜਿੰਮ ਐਕਸਰਸਾਈਜ਼ ਲਗਾਉਂਦੇ। ਇਹ ਸਵੇਰੇ ਕਰੀਬ 9:15 ਦੇ ਆਸਪਾਸ ਜਿਹੜਾ ਆਪਣੇ ਘਰ ਤੋਂ ਜਿੰਮ ਐਕਸਰਸਾਈਜ਼ ਕਰਨ ਲਈ ਆ ਰਿਹਾ ਸੀਗਾ। ਕਿਉਂਕਿ ਇਹਦੇ ਆਉਣ ਤੋਂ ਪਹਿਲਾਂ ਹੀ 4 ਜਿਹੜੇ ਨੇ ਅਣਪਛਾਤੇ ਨੌਜਵਾਨ ਖੜ੍ਹੇ ਸੀਗੇ, ਜਿਹਨਾਂ 'ਚੋਂ ਇੱਕ ਸਰਦਾਰ ਅਤੇ 3 ਜਿਹੜੇ ਨੇ ਉਹਨੇ ਨੌਜਵਾਨ ਖੜ੍ਹੇ ਸੀਗੇ। ਜਦੋਂ ਇਹ ਆਪਣੀਆਂ ਸਟੇਅਰਸ ਦੇ ਚੜ੍ਹਨ ਲੱਗਾ, ਆਪਣੇ ਜਿੰਮ 'ਚ ਜਾਣ ਲੱਗਾ, ਅਤੇ ਜਿਹਨਾਂ ਨੇ ਇਹਦੇ 'ਤੇ ਜਿਹੜਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹਦੇ 'ਤੇ ਜਿਹੜਾ ਇੱਕ ਵਾਰ ਵੀ ਕੀਤਾ, ਜਿਹਦੇ ਨਾਲ ਇਹਦੇ 2 ਇੰਜਰੀਜ਼ ਹੋਈਆਂ ਨੇ ਜਿਹਦੇ ਰਿਗਾਰਡਿੰਗ ਐਮਰਲ ਵਗੈਰਾ ਕਰਵਾਈ ਗਈ। ਉਹਦੇ ਬਿਆਨ ਲੈ ਕੇ ਅਤੇ ਉਹਦੇ 'ਤੇ ਜਿਹੜੀ ਐਫ ਆਈ ਦਰਜ ਕੀਤੀ ਜਾ ਰਹੀ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦਿਆਂ ਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।